ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੰਡੀਆ ਵਿੱਚ ਦੋ ਵਾਰੀ ਆਈ ਤੇ ਪਾਕਿਸਤਾਨ ਦੇ ਵਿੱਚ ਇੱਕ ਵਾਰੀ ਆਈ? ਪਤਾ ਨਹੀਂ, ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ। ਇਸ ਤਰ੍ਹਾਂ ਦੀ ਕਿਹੜੀ ਜਗ੍ਹਾ ਹੈਗੀ ਹੈ ਜਿੱਥੇ ਮੈਰਿਜ ਤੋਂ ਪਹਿਲਾਂ ਡਾਈਵੋਰਸ ਹੁੰਦਾ? ਉਹ ਇੱਕ ਸਵਾਲ ਦਾ ਜਵਾਬ ਦਿਓ, ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਧੁੱਪੇ ਸੁੱਕਦੀ ਨਹੀਂ? ਸੁੱਕਦੀ ਨਹੀਂ, ਸੁੱਕਦੀ ਨਹੀਂ, ਸੁੱਕਦੀ ਨਹੀਂ। दोबारा पुछो, मैं कहना दोबारा नहीं, मैं पूछना एक बार पूछना। मेरा प्रश्न ये है भी उत्तर की है? जो प्रश्न ही करोगी उत्तर कितना होगा? अच्छा गोलू, दिवाली मनाते मनाते कोई याद जुड़ी हो मिठी खट्टी? कुड़ी आई थी, कहती फोन चाक, मैं फोन चाकता मेहंदी लाई हुई ना हथा, बाद च कहती मेरे कान ला दे फोन, वो भी लाता, बाद नंबर नुंबर दे के गई नहीं। ये मुझे अरे वाह, अच्छा मैंने सोचा मुझे देने लगे। चार बैंक है, चार बैंकों की फुल फॉर्म दसनी तुसी। सर इस तरह की कौन चीज़ है जिहड़ी फ्रिज विच तुसी रखो वो ठंडी नहीं होंदी, गर्म ही रहिंदी है? ऐसी कौन सी मिठाई है जिसमें किसी जानवर का नाम आता है? नहीं, ये तो मैं नहीं बता सकता। हेलो मैम, हाउ आर यू, की हाल चाल तुहाडा? हाँ जी, सत श्री अकाल जी, की हाल चाल तुहाडा सारयां दा? ठीक ठाक हो जी? मैं भी बिल्कुल ठीक ठाक हाँ। और अज पब्लिक वॉइस की टीम पहुँची है जलंधर दे एक बहुत ही रौनक वाले एरिया दे विच। सो मैं तुहाडा दोस्त एंकर विकास मोंगिया, सो अज तुहाडी मुलाकात करवावांगा दोस्तों मित्रों के नाल। सो पब्लिक वॉइस की टीम अज हाज़र है जी जलंधर दे उस मार्केट दे विच जिन्हों प्यार दे नाल चपाटी कहा जाता है। चपाटी जदों आपां चपाटी की गल करिए तो तुहानू बॉम्बे जरूर याद आता होगा भी, बॉम्बे का कि जूहू चपाटी तो नहीं? बिल्कुल जूहू चपाटी है, बस इतने समुद्र ही है नहीं। सो अज तुहानू ये चपाटी दे विच आ के जिहड़ा सज्जन बॉम्बे गया ना उन्हूं तां याद आएगा आएगा बॉम्बे की जूहू चपाटी। सो अज बहुत सारे लोग इतने खा भी रहे हैं, इंजॉय कर रहे हैं और दिवाली का सीज़न चलता पाया और स्पेशली जिहड़े पंजाबी है ना वो खाण पीण के बहुत ज़्यादा शौकीन होंदे है। और मैं दिखाना चाहवागा इतने आइसक्रीम दियाँ, पाव भाजी दियाँ, चाट दियाँ रेहड़ियाँ लगिया हुई, कुल मिला के बहुत सारिया रौनक है। इन सारे दे नाल आपां गलबात भी करांगे और दिवाली नूं लैके किन्नी ज़्यादा एक्साइटमेंट हैगी है एंड स्पैशली कुछ उन्हां दी कॉमन सेंस भी चैक करांगे। अज आजो फिर पब्लिक वॉइस दे विच एक बार फिर तो तुहाडा सारे दा बहुत बहुत स्वागत, आजो गल्लां बातां करिए। भाजी की हाल चाल, ठीक हो? दिवाली आ रही है, तैयारियां? हाँ जी हाँ जी, पूरी तैयारी। अच्छा दिवाली तो पहला इतने फिर अपना पेट पूजा कराने आए हो तुसीं? हाँ जी हाँ जी। की ऑर्डर किया जी? ਅਸੀਂ ਤੇ ਪੈਕ ਕਰਾਉਂਦੇ ਪਏ ਆ। ਹਾਂਜੀ ਪੈਕ ਕਰਾਉਂਦੇ। ਅੱਛਾ ਪੈਕ ਕਰਾਉਂਦੇ ਪਏ, ਆਪਣੇ ਵਾਸਤੇ? ਕਿਸੇ ਵਾਸਤੇ? ਕਿਸੇ ਵਾਸਤੇ, ਕਿਸੇ ਨੇ ਮੰਗਾਏ ਸੀਗੇ। ਅੱਛਾ ਅੱਛਾ, ਤੇ ਆਪਣਾ ਦਿਲ ਨਹੀਂ ਕਰਦਾ ਖਾਣ ਨੂੰ? ਨਹੀਂ ਲੈਦੇ ਨਾਲ ਹੀ ਨਾਲ ਹੀ ਆਪਾਂ ਵੀ। ਅੱਛਾ ਨਾਲ ਹੀ ਆਉਣਾ? ਓਕੇ ਓਕੇ ਓਕੇ। ਹਾਂਜੀ ਤੇ ਭਾਜੀ ਦੀਵਾਲੀ ਤੁਸੀਂ ਮਨਾਈ ਹੈ ਇਸ ਤੋਂ ਪਹਿਲਾਂ ਵੀ, ਤੇ ਦੀਵਾਲੀ ਦੇ ਨਾਲ ਕੋਈ ਜੁੜੀ ਹੋਈ ਯਾਦ ਹੈਗੀ ਹੈ? ਸ਼ੌਂਕ ਬੜਾ ਸੀ ਦੀਵਾਲੀ ਦਾ, ਮਤਲਬ ਤੇ ਮੇਰਾ ਸ਼ੌਂਕ ਸੀਗਾ ਕਿ ਮਤਲਬ ਮੈਂ ਪਟਾਕਾ ਚਲਾਵਾਂ। ਅੱਛਾ ਮਤਲਬ ਜਿਹੜਾ ਉਹ ਨਹੀਂ ਟੱਡਾ ਖੜੇ ਹੁੰਦੇ ਆ, ਉਹ ਮੈਂ ਸ਼ੌਂਕ ਸ਼ੌਂਕ ਦੇ ਹੱਥ ਚਲਾਉਣ ਲੱਗ ਪਿਆ, ਮਤਲਬ ਹੱਥ ਨੂੰ ਚਲਾਤੀ ਮਤਲਬ, ਤੇ ਉਹ ਹੱਥ 'ਚ ਮੇਰੇ ਫਟ ਗਈ, ਉਹ ਮੇਰੇ ਹੱਥ ਰੇ ਮਤਲਬ ਹੱਥ ਰੇ ਮਤਲਬ ਜਿੱਦਾਂ ਸੱਟ ਜਿਹੀ ਲੱਗ ਗਈ, ਮਤਲਬ ਮਤਲਬ ਸ਼ੌਂਕ ਹੁੰਦਾ ਦਿਵਾਲੀ ਦਾ। ਮਤਲਬ ਜਦੋਂ ਚਰਖੜੀ ਤੁਸੀਂ ਉਹ ਦੇਖਦੇ ਹੋ ਚੱਕਰੀ ਤੋਂ ਉਹਦੇ ਨੇੜਿਓਂ ਨਹੀਂ ਲੰਘਦੇ ਹੋਣੇ? ਹੁੰਦਾ ਹੁਣ ਤੇ ਮਤਲਬ ਦੂਰੋਂ ਹੀ ਮਤਲਬ ਕਰਦਾ, ਮਤਲਬ ਮਤਲਬ ਚਲਾਉਣਾ ਪਟਾਕੇ ਹਲੇ ਵੀ, ਤੇ ਮਤਲਬ ਹੁਣ ਤੁਹਾਡਾ ਧਿਆਨ ਰੱਖਦਾ ਅੱਗੇ ਨਾਲੋਂ। ਤੁਹਾਡਾ ਕੀ ਨਾਮ ਕੀ ਭਾਜੀ? ਮੇਰਾ ਨਾਮ ਹਿਮਾਂਸ਼ੂ। ਹਿਮਾਂਸ਼ੂ, ਇੱਕ ਛੋਟੀ ਜਿਹੀ ਕਾਮਨ ਸੈਂਸ ਚੈੱਕ ਕਰਨੀ ਹੈ ਤੁਹਾਡੀ। ਤੇ ਹਿਮਾਂਸ਼ੂ ਰੀਸੈਂਟਲੀ ਇੰਡੀਆ ਪਾਕਿਸਤਾਨ ਦਾ ਮੈਚ ਹੋਇਆ ਸੀਗਾ ਕ੍ਰਿਕਟ ਦਾ, ਹੈ ਨਾ? ਉਹ ਗੱਲ ਵੱਖਰੀ ਵੀ, ਇੰਡੀਆ ਹਾਰ ਗਿਆ। ਇੱਕ ਛੋਟਾ ਜਿਹਾ ਕੁਐਸਚਨ ਹੈ, ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੰਡੀਆ ਵਿੱਚ ਦੋ ਵਾਰੀ ਆਈ ਤੇ ਮੈਚ ਘੱਟ ਹੀ ਦੇਖਦਾ ਮੈਂ ਮੈਚ ਵਿੱਚ? ਨਹੀਂ ਨਹੀਂ, ਕੁਐਸਚਨ ਕੋਈ ਹੋਰ ਹੀ ਹੈ। ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇੰਡੀਆ ਵਿੱਚ ਦੋ ਵਾਰੀ ਆਈ ਤੇ ਪਾਕਿਸਤਾਨ ਦੇ ਵਿੱਚ ਇੱਕ ਵਾਰੀ ਆਈ? ਪਤਾ ਨਹੀਂ, ਮੈਨੂੰ ਨਹੀਂ ਪਤਾ। ਥੋੜਾ ਤੁੱਕਾ ਤਾਂ ਲਗਾਓ ਭਾਜੀ। ਕਦੇ ਕਦੇ ਇੰਡੀਆ 'ਚ ਦੋ ਵਾਰੀ ਆਈ, ਪਾਕਿਸਤਾਨ 'ਚ ਇੱਕ ਵਾਰੀ ਆਈ, ਕਾਮਨ ਸੈਂਸ ਚੈੱਕ ਕਰਦਾ ਮੈਂ, ਲੌਜੀਕਲੈਸ ਕੁਐਸਚਨ ਹੈ। ਕੱਪ ਹੋਏਗਾ ਜਾਂ ਵਰਲਡ ਕੱਪ ਹੀ ਹੋਏਗਾ? ਕੱਪ ਕੱਪ ਨਹੀਂ ਹੈਗਾ, ਨਾ ਕੱਪ ਨਾ ਗਲਾਸ ਨਾ ਜੱਗ, ਕੋਈ ਨਹੀਂ। ਇੰਡੀਆ ਵਿੱਚ ਦੋ ਵਾਰੀ ਆਈ, ਪਾਕਿਸਤਾਨ 'ਚ ਇੱਕ ਵਾਰੀ ਆਈ, ਇੱਦਾਂ ਨਹੀਂ ਪਤਾ। ਪਾਕਿਸਤਾਨ ਦੀ ਸਪੈਲਿੰਗ ਕੀ ਹੈ ਜੀ? ਪੀ ਏ ਕੇ ਆਈ ਐਸ ਟੀ ਏ ਐਨ। ਤੇ ਇੰਡੀਆ ਦੀ ਸਪੈਲਿੰਗ? ਆਈ ਐਨ ਡੀ ਆਈ ਏ। ਤੇ ਇੰਡੀਆ ਵਿੱਚ ਦੋ ਵਾਰੀ ਆਈ ਨਹੀਂ ਆਉਂਦਾ? ਇੰਡੀਆ ਵਿੱਚ ਦੋ ਵਾਰੀ ਆਈ ਤੇ ਪਾਕਿਸਤਾਨ 'ਚ ਇੱਕ ਵਾਰੀ ਆਈ, ਬਸ ਆਹੀ ਆਈ ਹੈ ਜੀ, ਲੌਜੀਕਲੈਸ ਕੁਐਸਚਨ। ਥੈਂਕ ਯੂ ਹਿਮਾਂਸ਼ੂ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਜੇ ਹੋਰ ਜ਼ਿਆਦਾ ਮੈਂ ਇੱਥੇ ਖੜਾ ਰਹਿਣਾ ਤਾਂ ਇੱਥੇ ਹੜ ਆ ਜਾਣਾ ਜੀ, ਮੂੰਹ 'ਚੋਂ ਜਿਹੜਾ ਪਾਣੀ ਨਿਕਲਦਾ ਪਿਆ ਮੇਰੇ, ਇਸ ਵੇਲੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਆਪਾਂ ਹੋਰ ਗੱਲਬਾਤ ਕਰਦੇ ਹਾਂ ਦੋਸਤਾਂ ਮਿੱਤਰਾਂ ਨਾਲ।
ਸੋ ਜੀ ਪਬਲਿਕ ਵੌਇਸ ਦੀ ਟੀਮ ਜਿਹੜੀ ਅੱਜ ਆਦਰਸ਼ ਨਗਰ ਚੁਪਾਟੀ ਵਿੱਚ ਪਹੁੰਚੀ ਹੋਈ ਹੈ ਔਰ ਮੈਨੂੰ ਇਹਨਾਂ ਦੇ ਨਾਲ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਦੀ ਜ਼ੁਬਾਨ ਦੇ ਉੱਪਰ ਹਮੇਸ਼ਾ ਤੁਹਾਡੀਆਂ ਖੈਰਾਂ ਹੀ ਹੁੰਦੀਆਂ ਔਰ ਤੁਹਾਡੇ ਵਾਸਤੇ ਦੁਆਵਾਂ ਹੀ ਨਿਕਲਦੀਆਂ ਇਹਨਾਂ ਦੇ ਮੂੰਹੋਂ ਸੋ ਅੱਜ ਮੈਂ ਇਹਨਾਂ ਦੇ ਨਾਲ ਹਾਂ ਜੀ ਔਰ ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ ਹਾਂਜੀ ਮੈਂ ਸੋਨੀਆ ਮਹੰਤ ਰਾਜਨਗਰ ਤੋਂ ਬਸਤੀ ਬਾਵਾ ਖੇਲ ਤੋਂ ਮੈਂ ਸੋਨੀਆ ਮਹੰਤ ਬੋਲਦੀ ਹਾਂ ਅਤੇ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਸਾਡੇ ਏਰੀਏ ਦੇ ਆ ਸਾਰੇ ਦੇ ਬੱਚੇ ਰਾਜ਼ੀ ਰਹਿਣ ਪੁੱਤ ਰਾਜ਼ੀ ਰਹਿਣ ਅਸੀਂ ਉਹਨਾਂ ਦੇ ਬੱਚਿਆਂ ਦੀਆਂ ਖੁਸ਼ੀਆਂ ਦੁਕਾਨਾਂ ਤੋਂ ਮੰਗਣ ਆਏ ਦੇ ਹਾਂ ਅਸੀਂ ਜੇਪੀ ਨਗਰ ਖਾਣ ਪੀਣ ਆਏ ਦੇ ਹਾਂ ਅਤੇ ਅਸੀਂ ਇਲਾਕਾ ਸਾਡਾ ਅੱਗੇ ਆ ਕੀ ਖਾਧਾ ਅੱਜ ਤੁਸੀਂ ਅਸੀਂ ਆ ਬਰਗਰ ਖਾ ਰਹੇ ਹਾਂ ਨਿਊਡਲਸ ਕੁਲਚਾ ਖਾ ਰਹੇ ਹਾਂ ਚਾਟ ਖਾ ਰਹੇ ਗੋਲ ਗੱਪੇ ਖਾ ਰਹੇ ਹਾਂ ਤੇ ਅਸੀਂ ਲੰਘਦੇ ਚਲੋ ਮੈਂ ਕਿਹਾ ਬੱਚੇ ਕਹਿੰਦੇ ਖਾਣੇ ਆ ਅਸੀਂ ਖਿਲਾ ਕੇ ਤੇ ਮੈਂ ਅੱਛਾ ਹੁਣ ਆ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਹੋ ਚੁੱਕਾ ਲਗਭਗ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਇਸ ਤੋਂ ਪਹਿਲਾਂ ਲੋਕਡਾਊਨ ਸੀਗਾ ਤੇ ਉਸ ਲੋਕਡਾਊਨ ਦੀ ਕਰੋਨਾ ਦੀ ਕਿੰਨੀ ਮਾਰ ਪਈ ਤੁਹਾਡੇ ਕੰਮ ਨੂੰ ਬਹੁਤ ਜ਼ਿਆਦਾ ਪਈ ਆ ਪਰ ਅਸੀਂ ਤਾਂ ਧੀਆਂ ਦੇ ਵਿਆਹ ਕਰਦੇ ਹਾਂ ਗਰੀਬਾਂ ਦੀ ਧੀਆਂ ਦੇ ਵਿਆਹ ਕਰਦੇ ਹਾਂ ਜਿਹੜੀ ਮਾਵਾਂ ਨਹੀਂ ਜਿਹਨਾਂ ਦੇ ਸਿਰ ਤੇ ਉਹਨਾਂ ਦੀਆਂ ਅਸੀਂ ਧੀਆਂ ਨੂੰ ਵਿਆਹੁੰਦੇ ਹਾਂ ਆਪ ਗੋਦ ਲੈ ਕੇ ਵੀ ਵਿਆਹੁੰਦੇ ਹਾਂ ਕੁੜੀਆਂ ਨੂੰ ਬੱਚੇ ਰਾਜ਼ੀ ਰਹਿਣ ਪਰਮਾਤਮਾ ਜ਼ਿਆਦਾ ਦੇਵੇ ਬਰਕਤਾਂ ਹੋਣ ਕੀ ਬਾਤ ਹੈ ਜੀ ਦੀਵਾਲੀ ਆ ਰਹੀ ਹੈ ਜੀ ਦੀਵਾਲੀ ਦੀ ਵਧਾਈਆਂ ਤੁਸੀਂ ਸਾਡੇ ਹਾਂਜੀ ਸ਼ੁਭ ਦੀਵਾਲੀ ਦੇ ਉੱਤੇ ਅਸੀਂ ਸਾਰੇ ਲੱਖ 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 ਵਧਾਈਆਂ ਦੇ ਰਹੇ ਹਾਂ ਮੈਂ ਬੋਲਦੀ ਹਾਂ ਸੋਨੀਆ ਮਹੰਤ ਹੈਪੀ ਦੀਵਾਲੀ ਸਭ ਨੂੰ ਜਿੰਨੀ ਪਬਲਿਕ ਆ ਜਿੰਨਾ ਮੇਰਾ ਪੰਜਾਬ ਆ ਜਿੰਨਾ ਮੇਰੇ ਏਰੀਆ ਵਾ ਸਭ ਨੂੰ ਹੈਪੀ ਦੀਵਾਲੀ ਕੀ ਬਾਤ ਹੈ ਤੁਸੀਂ ਦੀਵਾਲੀ ਕਿੱਦਾਂ ਮਨਾਉਂਦੇ ਹੋ ਵੈਸੇ ਮੈਨੂੰ ਉਹ ਵੀ ਦੱਸ ਦਿਓ ਅਸੀਂ ਦੀਵਾਲੀ ਇੱਥੇ ਬਸ ਬਾਜ਼ਾਰ ਮੰਗ ਮੰਗ ਕੇ ਬੱਚਿਆਂ ਦੀਆਂ ਦੁਕਾਨਾਂ 'ਤੇ ਖੈਰਾਂ ਮੰਗਦੇ ਹਾਂ ਫਿਰ ਅਸੀਂ ਸਾਰਾ ਮੰਗ ਕੇ ਉਸ ਤੋਂ ਬਾਅਦ ਅਸੀਂ ਚਿੰਤਪੁਰਨੀ ਜਾਂਦੇ ਮਾਤਾ ਦੇ ਸਾਰੇ ਬੱਚਿਆਂ ਦੀਆਂ ਸੁੱਖਣਾਂ ਲਾਉਣ ਦੁਕਾਨਾਂ ਵਾਲਿਆਂ ਦੀਆਂ ਸੁੱਖਣਾਂ ਲਾ ਜਾਂਦੇ ਹਾਂ ਫਿਰ ਉੱਥੇ ਅਸੀਂ ਸੁੱਖਣਾਂ ਲਾ ਕੇ ਫਿਰ ਅਸੀਂ ਆਪਣੇ ਆਪਣੇ ਘਰ 'ਚ ਆ ਜਾਂਦੇ ਹਾਂ ਕੀ ਬਾਤ ਹੈ ਜੀ ਦੇਖੋ ਜੀ ਜਿੰਨੀ ਇਹਨਾਂ ਦੇ ਮੂੰਹੋਂ ਗੱਲ ਨਿਕਲੀ ਉਹਦੇ ਵਿੱਚ ਹਮੇਸ਼ਾ ਦੁਆਵਾਂ ਹੀ ਨਿਕਲੀਆਂ ਆਸ਼ੀਰਵਾਦ ਹੀ ਨਿਕਲਿਆ ਸੋ ਬੜਾ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਔਰ ਤੁਸੀਂ ਖਾਣ ਪੀਣ ਦੇ ਵਿੱਚ ਬਿਜ਼ੀ ਹੈਗੇ ਹੋ ਅਤੇ ਮੈਂ ਤੁਹਾਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਆਪਾਂ ਇਸ ਵੇਲੇ ਰੁਕੇ ਹੋਏ ਹਾਂ ਜੀ ਇਸ ਵੇਲੇ ਦਾ ਰਾਇਲ ਕੋਰਟ ਹੋਟਲ ਐਂਡ ਸਪਾ ਸੋ ਉੱਥੇ ਸਾਨੂੰ ਮਿਲੇ ਜੀ ਸਾਨੂੰ ਬਹੁਤ ਹੀ ਪਿਆਰੇ ਭਾਅ ਜੀ ਰਮਨੀਕ ਸਿੰਘ ਜੀ ਜਿਹੜੇ ਇਸ ਹੋਟਲ ਦੇ ਜਨਰਲ ਮੈਨੇਜਰ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਠੀਕ ਹੈ ਸਰ ਤੁਸੀਂ ਤੁਹਾਡਾ ਪਬਲਿਕ ਵੌਇਸ ਸ਼ੋ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਔਰ ਥੈਂਕ ਯੂ ਸਰ ਸਰ ਹੋਟਲ ਇੰਡਸਟਰੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਹਮੇਸ਼ਾ ਕਸਟਮਰ ਦੇ ਨਾਲ ਡੀਲਿੰਗ ਕਰਦੇ ਹੋ ਅਤੇ ਪਿਛਲਾ ਜਿਹੜਾ ਸਾਲ ਉਸ ਤੋਂ ਜਿਹੜਾ ਪਿਛਲਾ ਸਾਲ ਉਹ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਪਤਾ ਹੀ ਹੈ ਸਰ ਕਿ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਹਿਲਾ ਕੇ ਰੱਖਤੀ ਸਭ ਤੋਂ ਜ਼ਿਆਦਾ ਇਫੈਕਟ ਹੋਟਲ ਇੰਡਸਟਰੀ ਨੂੰ ਹੀ ਪਿਆ ਟੂਰਿਸਟ ਜਿੰਨੇ ਵੀ ਆਪਣੇ ਬਾਹਰੋਂ ਲੋਕ ਦਰਾਡੇ ਲੋਕ ਆਉਂਦੇ ਸੀ ਜਲੰਧਰ ਅੱਗੇ ਸ਼ਹਿਰ ਨੂੰ ਵਿਜ਼ਿਟ ਕਰਦੇ ਸੀ ਘੁੰਮਦੇ ਸੀਗੇ ਇੱਥੋਂ ਦੀਆਂ ਚੀਜ਼ਾਂ ਨੂੰ ਬਾਏ ਕਰਦੇ ਸੀਗੇ ਸਾਡਾ NRI ਮਾਲ ਆ ਔਰ ਜੋਤੀ ਚੌਂਕ ਦੇ ਬਿਲਕੁਲ ਟੌਪ ਦੇ ਉੱਤੇ ਆ 2 ਸਾਲ ਤੋਂ ਬਾਅਦ ਇੱਦਾਂ ਦੀ ਸਿਚੁਏਸ਼ਨ ਆ ਚੁੱਕੀ ਹੈ ਕਿ ਵੀ ਹੁਣ ਥੋੜ੍ਹੀ ਜਿਹੀ ਇੰਡਸਟਰੀ ਗਰੋ ਕਰਨਾ ਦੁਬਾਰਾ ਸਟਾਰਟ ਹੋਈ ਹੈ ਲੋਕਾਂ ਨੇ ਆਉਣਾ ਸਟਾਰਟ ਕੀਤਾ ਟਰੈਵਲਿੰਗ ਖੁੱਲ੍ਹੀ ਹੈ ਵੈਕਸੀਨੇਸ਼ਨ ਸਾਡੀ ਇੰਡੀਆ ਭਾਰਤ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਹੁਣ ਥੋੜ੍ਹੀ ਜਿਹੀ ਆਊਟਿੰਗ ਔਰ ਲੋਕਾਂ ਦਾ ਰੁਝਾਨ ਵਧਿਆ ਆ ਤਾਂ ਕਿ ਉਹ ਆਪਣੀਆਂ ਚੀਜ਼ਾਂ ਨੂੰ ਔਰ ਫੈਸਟੀਵਲ ਸੀਜ਼ਨ ਨੂੰ ਮਨਾ ਸਕਣ ਜਿੱਦਾਂ ਆਪਾਂ ਨੂੰ ਪਤਾ ਦੀਵਾਲੀ ਆਉਣ ਵਾਲੀ ਹੈ ਦੀਵਾਲੀ ਬਿਲਕੁਲ ਸਿਖਰਾਂ ਦੇ ਉੱਤੇ ਹੈ ਲੋਕਾਂ ਦੀ ਬਾਇੰਗ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਉਤਸ਼ਾਹ ਪੂਰਾ ਦੇਖਿਆ ਜਾ ਰਿਹਾ ਜੀ ਤੁਸੀਂ ਦੀਵਾਲੀ ਮਨਾਈ ਹੈ ਅਤੇ ਦੀਵਾਲੀ ਦੇ ਨਾਲ ਕੋਈ ਜੁੜੀ ਯਾਦ ਹੈਗੀ ਹੈ ਤੁਹਾਨੂੰ ਕੋਈ ਪਟਾਕਿਆਂ ਦੇ ਨਾਲ ਸਫਾਈਆਂ ਦੇ ਨਾਲ ਮਿਠਾਈਆਂ ਦੇ ਨਾਲ ਦੇਖੋ ਸਰ ਇੱਦਾਂ ਹੈ ਕਿ ਵੀ ਦੀਵਾਲੀ ਆਪਣੀ ਇੰਨੀ ਤਿਉਹਾਰ ਸਿੱਖੀਜ਼ਮ ਔਰ ਹਿੰਦੂਇਜ਼ਮ ਦੋਨਾਂ ਨਾਲ ਹੀ ਸਰ ਚੱਲਦੀ ਰਹਿੰਦੀ ਆ ਇਹਦੇ 'ਚ ਇਹ ਹੈ ਕਿ ਵੀ ਸਾਰੇ ਜਿਹੜੇ ਆਪਾਂ ਇਕੱਠੇ ਹੋ ਕੇ ਇਹ ਚੀਜ਼ ਤਿਉਹਾਰਾਂ ਨੂੰ ਮਨਾਉਂਦੇ ਹਾਂ ਇਹ ਸਭ ਤੋਂ ਵਧੀਆ ਕਿਉਂਕਿ ਇੱਕ ਦੂਜੇ ਦੀ ਬਾਉਂਡੇਸ਼ਨ ਜਦੋਂ ਬਣਦੀ ਹੈ ਤਾਂ ਸਰ ਤਿਉਹਾਰ ਦਾ ਮਜ਼ਾ ਹੀ ਇੱਕ ਅਲੱਗ ਹੋ ਜਾਂਦਾ ਹੁਣ ਲੋਕਾਂ ਨੇ ਆਉਣਾ ਸਟਾਰਟ ਕੀਤਾ ਸਾਡੇ ਹੋਟਲ ਦੇ ਵਿੱਚ ਗੈਦਰਿੰਗ ਵੱਧ ਚੁੱਕੀ ਆ ਹੁਣ 150-200 ਲੋਕ ਹੁਣ ਆ ਕੇ ਪਾਰਟੀਜ਼ ਕਰ ਰਹੇ ਇੰਜੋਏ ਕਰ ਰਹੇ ਇਵੈਂਟਸ ਨੂੰ ਔਰਗਨਾਈਜ਼ ਕਰਕੇ ਆਪਾਂ ਉਹਨਾਂ ਨੂੰ ਦੇ ਰਹੇ ਹਾਂ ਅਤੇ ਹੌਲੀ ਹੌਲੀ ਚੀਜ਼ਾਂ ਹੁਣ ਵਧਣੀਆਂ ਸਟਾਰਟ ਹੋ ਗਈਆਂ ਰੱਬ ਇੱਦਾਂ ਹੀ ਸੁੱਖ ਰੱਖੇ ਸਾਰਿਆਂ ਦੀ ਚੀਜ਼ਾਂ ਇੱਦਾਂ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਕੀ ਬਾਤ ਹੈ ਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਤੁਹਾਡੇ ਹੋਟਲ ਦਾ ਬ੍ਰਾਈਟ ਫਿਊਚਰ ਇਸੇ ਤਰ੍ਹਾਂ ਬਣਿਆ ਰਹੇ ਔਰ ਅੱਛਾ ਸਰ ਕਿਉਂਕਿ ਪਬਲਿਕ ਵੌਇਸ ਸ਼ੋਅ ਹੈ ਜਿਹਦੇ ਵਿੱਚ ਹਾਸਾ ਮਜ਼ਾਕ ਵੀ ਬਹੁਤ ਜ਼ਰੂਰੀ ਹੈ ਅਤੇ ਇੱਕ ਛੋਟਾ ਜਿਹਾ ਸਵਾਲ ਕਰਨ ਲੱਗਾ ਤੁਹਾਨੂੰ ਉਹਦਾ ਆਂਸਰ ਤੁਸੀਂ ਦਓਗੇ ਟਰਾਈ ਕਰਾਂਗੇ ਚਲੋ ਕਰੋ ਟਰਾਈ ਹਾਂਜੀ ਸਵਾਲ ਇਹ ਹੈ ਵੀ ਇਸ ਤਰ੍ਹਾਂ ਦੀ ਕਿਹੜੀ ਜਗ੍ਹਾ ਹੈਗੀ ਹੈ ਜਿੱਥੇ ਮੈਰਿਜ ਤੋਂ ਪਹਿਲਾਂ ਡਾਈਵੋਰਸ ਹੁੰਦਾ ਡਾਈਵੋਰਸ ਤੋਂ ਬਾਅਦ ਮੈਰਿਜ ਹੁੰਦੀ ਹੈ ਓਹੋ ਲੌਜੀਕਲੈਸ ਕੁਐਸਚਨ ਹੈ ਠੀਕ ਹੈ ਜੀ ਬਾਅਦ ਵਿੱਚ ਆਂਸਰ ਪਤਾ ਲੱਗੇਗਾ ਤੁਸੀਂ ਵੀ ਦੱਸਣਾ ਓ ਮਾਈ ਗੋਡ ਸਰ ਇਹ ਤਾਂ ਬਹੁਤ ਖਤਰਨਾਕ ਕੁਐਸਚਨ ਇਸ ਤਰ੍ਹਾਂ ਦੀ ਕਿਹੜੀ ਜਗ੍ਹਾ ਹੈ ਜਿੱਥੇ ਡਾਈਵੋਰਸ ਪਹਿਲਾਂ ਹੁੰਦਾ ਮੈਰਿਜ ਬਾਅਦ ਵਿੱਚ ਚਲੋ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਉਹ ਇੱਕ ਬੁੱਕ ਹੈ ਅੱਛਾ ਜੀ ਸਰ ਇਹ ਤਾਂ ਫਿਰ ਆਪਣਾ ਬੁੱਕ ਹੈ ਕੋਈ ਇਸ ਤੋਂ ਵਧੀਆ ਹਿੰਟ ਤਾਂ ਨਹੀਂ ਹੋ ਸਕਦਾ ਸਰ ਬਿਲਕੁਲ ਹਜੇ ਵੀ ਨਹੀਂ ਆ ਰਿਹਾ ਨਹੀਂ ਸਰ ਭਾਅ ਜੀ ਇੰਗਲਿਸ਼
ਓ ਡਿਕਸ਼ਨਰੀ ਯੈਸ ਸੋ ਐਲਫਾਬੈਟਿਕਲੀ ਡੀ ਠੀਕ ਹੈ ਡੀ ਪਹਿਲਾਂ ਤਾਂ ਹੋਰ ਇਦਾਂ ਦੀ ਕੋਈ ਜਗ੍ਹਾ ਹੈ ਹੀ ਨਹੀਂ ਰਾਈਟ ਰਾਈਟ ਹੈ ਨਾ ਜੀ ਨਾ ਇਹ ਪਰਮਾਤਮਾ ਬਣਾਵੇ ਹੈ ਨਾ ਹਾਂ ਸੋ ਅੱਜ ਪਬਲਿਕ ਵਾਇਸ ਦੀ ਟੀਮ ਪਹੁੰਚੀ ਹੋਈ ਹੈ ਦ ਰਾਇਲ ਕੋਰਟ ਹੋਟਲ ਐਂਡ ਸਪਾ ਦੇ ਵਿੱਚ ਔਰ ਸਪੈਸ਼ਲੀ ਜੋਤੀ ਚੌਂਕ ਦੇ ਵਿੱਚ ਵੀ ਆਪਾਂ ਜਾਵਾਂਗੇ ਭਾਅ ਜੀ ਉਹਨਾਂ ਕੋਲ ਬ੍ਰੇਕ ਲਾਈ ਹੈ ਆਪਾਂ ਕੁਝ ਖਾ ਵੀ ਰਹੇ ਸੀਗੇ ਬਹੁਤ ਵਧੀਆ ਲੱਗਾ ਇਹਨਾਂ ਨਾਲ ਮਿਲ ਕੇ ਬਹੁਤ ਕਮਾਲ ਦੀ ਨੇਚਰ ਹੈ ਭਾਅ ਜੀ ਤੁਹਾਡੇ ਲਈ ਕੰਪਲੀਮੈਂਟ ਹੈ ਦੁਨੀਆ ਕਹਿੰਦੀ ਸਿੰਘ ਇਜ਼ ਕਿੰਗ ਦੁਨੀਆ ਕਹਿੰਦੀ ਸਿੰਘ ਇਜ਼ ਕਿੰਗ ਪਰ ਮੇਰੇ ਹਿਸਾਬ ਨਾਲ ਸਿੰਘ ਇਜ਼ ਬੈਟਰ ਦੈਨ ਕਿੰਗ ਓ ਵਾਹ ਸਰ ਸੋ ਸਲੂਟ ਸਲੂਟ ਭਾਅ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਪਬਲਿਕ ਵਾਇਸ ਚੱਲ ਰਿਹਾ ਜੀ ਸ਼ੋ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਨੀਆਂ ਬਹੁਤ ਸਾਰੇ ਕਸਟਮਰਸ ਇੱਥੋਂ ਆਏ ਹੋਏ ਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿੱਦਾਂ ਜਿੱਦਾਂ ਉਹ ਬਾਹਰ ਆਣਗੇ ਐਂਡ ਜੋਤੀ ਚੌਂਕ ਦਾ ਨਜ਼ਾਰਾ ਦੇਖਣ ਵਾਲਾ ਆ ਜਾਓ ਦਿਖਾਈਏ ਤੁਹਾਨੂੰ ਆ ਜਾਓ ਸੋ ਜੀ ਇਸ ਵੇਲੇ ਪੰਜਾਬ ਵਨ ਟੀ ਵੀ ਦੀ ਟੀਮ ਪਹੁੰਚੀ ਹੋਈ ਹੈ ਪਬਲਿਕ ਵਾਇਸ ਦੀ ਪੂਰੀ ਟੀਮ ਜੋਤੀ ਚੌਂਕ ਦੇ ਵਿੱਚ ਔਰ ਜੋਤੀ ਚੌਂਕ ਦੇ ਐਂਟਰ ਕਰਦੇ ਹੀ ਬਾਹਰ ਸਾਡੇ ਇੱਕ ਬੜੇ ਪਿਆਰੇ ਅੰਕਲ ਜੀ ਹੈ ਜਿਨ੍ਹਾਂ ਦੀ ਨੇਚਰ ਬੜੀ ਕਮਾਲ ਦੀ ਹੈ ਹੱਸਦੇ ਬਹੁਤ ਸੋਹਣਾ ਔਰ ਜਦੋਂ ਹੱਸਦੇ ਆ ਤਾਂ ਸਾਨੂੰ ਵੀ ਖੁਸ਼ੀ ਚੜ੍ਹਦੀ ਹੈ ਕੀ ਹਾਲ ਅੰਕਲ ਜੀ ਤੁਹਾਡਾ ਬਹੁਤ ਵਧੀਆ ਜੀ ਵਧੀਆ ਬਹੁਤ ਵਧੀਆ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ ਮੈਨੂੰ ਜੀ 3-4 ਸਾਲ ਹੋ ਗਏ ਜੀ ਅੱਛਾ ਜੀ ਇਸ ਤੋਂ ਪਹਿਲਾਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਮੈਂ ਸਬਜ਼ੀਆਂ ਕੰਮ ਕਰਦਾ ਸੀ ਅੱਛਾ ਜੀ ਦੀਵਾਲੀ ਆ ਰਹੀ ਹੈ ਦੀਵਾਲੀ ਦੀਆਂ ਤਿਆਰੀਆਂ ਹੈਗੀਆਂ ਥੋੜੀਆਂ ਬਹੁਤ ਵਿਹਲੇ ਬੈਠੇ ਹੋਏ ਆ ਨਹੀਂ ਕਾਰੋਬਾਰ ਤਾਂ ਇਹ ਬਾਕੀਆਂ ਸਾਰਿਆਂ ਦੇ ਚੱਲਦੇ ਪਏ ਮੈਂ ਵਿਹਲੇ ਬਹੁਤ ਹੁੰਦੇ ਦੇਖਣ ਦੇ ਸਾਡੇ ਕੋਲ ਅੱਛਾ ਬਈ ਟਾਈਮ ਪਾਸ ਕਰਨ ਵਾਸਤੇ ਬਸ ਚੈੱਕ ਕਰੋ ਜੀ ਮੁੱਲ ਪਾਈਏ ਮੁੱਲ ਬੰਦੇ ਲਈ ਆ ਦੇਖੋ ਜੀ ਮੈਂ ਦੱਸਣਾ ਚਾਹਾਂਗਾ ਬਈ ਭਾਜੀ ਉਹਨੇ ਮਾਈਕ ਵਗੈਰਾ ਵੇਚਦੇ ਆ ਤੇ ਮਾਈਕ ਮੈਂ ਵੀ ਹੱਥ ਫੜਿਆ ਇਹ ਮੇਰਾ ਮਾਈਕ ਹੈ ਹਾਂਜੀ ਆਹ ਤੁਹਾਡੇ ਮਾਈਕ ਹੈ ਉਹ ਸਾਡੇ ਹੈ ਅੱਛਾ ਚਲੋ ਇੱਕ ਸ਼ੁਕਲ ਮੇਲੇ ਦੀ ਗੱਲ ਕਰਦੇ ਹਾਂ ਚਲੋ ਤੁਹਾਡੀ ਨੇਚਰ ਮੈਨੂੰ ਬਹੁਤ ਵਧੀਆ ਲੱਗੀ ਇੱਕ ਸਵਾਲ ਦਾ ਜਵਾਬ ਦਿਓ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਧੁੱਪੇ ਸੁੱਕਦੀ ਨਹੀਂ ਸੁੱਕਦੀ ਨਹੀਂ ਹਾਂ ਸੁੱਕਦੀ ਨਹੀਂ ਧੁੱਪੇ ਸਾਨੂੰ ਇਹ ਨਹੀਂ ਪਤਾ ਭਾਈ ਉਹ ਦੱਸ ਦਿਓ ਸਾਨੂੰ ਪਤਾ ਨਹੀਂ ਹੈ ਕੀ ਸਾਨੂੰ ਪਤਾ ਨਹੀਂ ਤੁਹਾਨੂੰ ਧੁੱਪੇ ਕਿਹੜੀ ਚੀਜ਼ ਨਹੀਂ ਸੁੱਕਦੀ ਹਰ ਚੀਜ਼ ਸੁੱਕ ਜਾਂਦੀ ਹੈ ਸਾਨੂੰ ਪਤਾ ਨਹੀਂ ਆਪਾਂ ਕਹਿ ਲੈਂਦੇ ਆਪਾਂ ਚਲੋ ਮੈਂ ਤੁਹਾਨੂੰ ਹਿੰਟ ਮਿਲਾ ਕਰਦੇ ਆ ਮੈਂ ਤੁਹਾਨੂੰ ਮੈਂ ਚਲੋ ਤੁਹਾਨੂੰ ਇਹਦੇ ਦੇਖੋ ਮੇਰੇ ਵੱਲ ਮੈਂ ਤੁਹਾਨੂੰ ਹਿੰਟ ਦੇ ਦਿੰਦਾ ਕਿਹੜੀ ਚੀਜ਼ ਜਿਹੜੀ ਨਹੀਂ ਸੁੱਕਦੀ ਹੋਰ ਧੁੱਪਾ ਗਰਮੀ ਲੱਗਣੀ ਹੈ ਕਿਹੜੀ ਚੀਜ਼ ਨਹੀਂ ਸੁੱਕਦੀ ਹੁਣ ਪੱਖੇ ਦਾ ਸੁੱਕਣੀ ਹੈ ਮੇਰੇ ਵੱਲ ਦੇਖੋ ਕਿਹੜੀ ਚੀਜ਼ ਨਹੀਂ ਸੁੱਕਦੀ ਮੈਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਅੱਗੇ ਕਹਿ ਰਿਹਾ ਤੁਹਾਨੂੰ ਮੈਂ ਕੀ ਕਹਿ ਰਿਹਾ ਤੋ ਅੰਕਲ ਜੀ ਬੜੇ ਸ਼ੁਕਲੀ ਨੇ ਇਹਨਾਂ ਨੂੰ ਪਤਾ ਲੱਗ ਚੁੱਕਾ ਪਰ ਮਿਆਰੇ ਬੰਦੇ ਆ ਕੀ ਬਾਤ ਆਪਾਂ ਗੁੱਸੇ ਬੰਦੇ ਜਗੇ ਸੋਸ਼ਲ ਡਿਸਟੈਂਸ ਭੁੱਲ ਜੀ ਜੱਫੀ ਬਾਈ ਮੜੀ ਆਓ ਜਾਓ ਕੀ ਬਾਤ ਆਓ ਜੀ ਇਹ ਜੱਫੀ ਦੇ ਕੰਮ ਹੋਣੇ ਸਾਰੇ ਉਦਾਂ ਨਹੀਂ ਹੋਣੇ ਓਕੇ ਸੋ ਜੀ ਬਹੁਤ ਜੀ ਮਿਹਰਬਾਨੀ ਥੈਂਕ ਯੂ ਔਰ ਕਿਰਪਾ ਬਹੁਤ ਵਧੀਆ ਜੀ ਪਬਲਿਕ ਵਾਇਸ ਇਸ ਵੇਲੇ ਚੱਲਦਾ ਪਿਆ ਜੀ ਔਰ ਤੁਸੀਂ ਇੰਜੋਏ ਕਰ ਰਹੇ ਹੋ ਜੀ ਜੋਤੀ ਚੌਂਕ ਦੇ ਵਿੱਚ ਔਰ ਗੱਲਾਂ ਬਾਤਾਂ ਆਪਾਂ ਬਹੁਤ ਸਾਰੀਆਂ ਕਰਨੀਆਂ ਅੰਦਰ ਹਾਲ ਦੇ ਵਿੱਚ ਜਾ ਕੇ ਅੰਦਰ ਬਾਜ਼ਾਰ ਦੇ ਵਿੱਚ ਜਾ ਕੇ ਔਰ ਬੜਾ ਵਧੀਆ ਲੱਗਿਆ ਜਿੱਥੇ ਲੋਕ ਇੱਥੇ ਪਹੁੰਚੇ ਹੋਏ ਆ ਸ਼ੋਪਿੰਗ ਕਰਨ ਦੇ ਵਾਸਤੇ ਔਰ ਇੱਧਰ ਭਾਅ ਜੀ ਹੁਣੇ ਮਿਲਕ ਬਦਾਮ ਬੜਾ ਮਸ਼ਹੂਰ ਹੈ ਇਹਨਾਂ ਦਾ ਔਰ ਮੇਰਾ ਤਾਂ ਦਿਲ ਕਰਦਾ ਮਿਲਕ ਬਦਾਮ ਪੀ ਲਵਾਂ ਪਰ ਥੋੜ੍ਹਾ ਜਿਹਾ ਰੁਕ ਕੇ ਪੀਣਾ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਠੀਕ ਹੈ ਜੀ ਵੈਲਕਮ ਟੂ ਬਾਜ਼ਾਰ ਭਾਅ ਜੀ ਮੈਂ ਤੁਹਾਡੀ ਤਾਰੀਫ ਬਹੁਤ ਸੁਣੀ ਹੈ ਅਤੇ ਐਂਟਰ ਕਰਦੇ ਹੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਮਿਲਕ ਬਦਾਮ ਭਾਅ ਜੀ ਦਾ ਬਹੁਤ ਮਸ਼ਹੂਰ ਹੈ ਅਤੇ ਭਾਅ ਜੀ ਕਿੰਨੇ ਦੀ ਬੋਤਲ ਦਿੰਦੇ ਹੋ ਮੈਨੂੰ 40 ਰੁਪੀਸ ਜੀ 40 ਰੁਪੀਸ ਦੀ ਅਤੇ ਕਿੰਨੇ ਸਾਲ ਹੋ ਗਏ ਭਾਅ ਜੀ ਇੱਥੇ ਕੰਮ ਕਰਦੇ ਚਾਰ ਸਾਲ ਅੱਛਾ ਭਾਅ ਜੀ ਗੱਲ ਦੱਸੋ ਦੀਵਾਲੀ ਆ ਰਹੀ ਹੈ ਅਤੇ ਦੀਵਾਲੀ ਦੀਆਂ ਕੀ ਤਿਆਰੀਆਂ ਤੁਹਾਡੇ ਵੱਲੋਂ ਪੂਰੀਆਂ ਤਿਆਰੀਆਂ ਜੀ ਬਸ ਸ਼ਾਂਤਮਈ ਤਰੀਕੇ ਨਾਲ ਦੀਵਾਲੀ ਬੀਤ ਜਾਵੇ ਬਸ ਅਸੀਂ ਤਾਂ ਇਹੀ ਅਰਦਾਸ ਕਰਦੇ ਚੜ੍ਹਦੀ ਕਲਾ 'ਚ ਰਹਿਣ ਸਾਰੇ ਦੀਵਾਲੀ ਸਾਰੇ ਵਾਸਤੇ ਬਹੁਤ ਹੀ ਵਧੀਆ ਆਵੇ ਕਿਆ ਬਾਤ ਹੈ ਜੀ ਛੋਟੇ ਹੁੰਦੇ ਦੀਵਾਲੀ ਦੇ ਵਿੱਚ ਪਟਾਕੇ ਪਟੂਕੇ ਚਲਾਏ ਸੀ ਛੋਟੇ ਹੁੰਦੇ ਆ ਹੁਣ ਵੱਡੇ ਹੁੰਦੇ ਆ ਅੱਛਾ ਛੋਟੇ ਹੁੰਦੇ ਕਦੀ ਹੱਥ ਵਿੱਚ ਪਟਾਕੇ ਚੱਲਿਆ ਇੱਕ ਦੋ ਵਾਰੀ ਚੱਲਿਆ ਅੱਛਾ ਯਾਦ ਇਹ ਸੱਟਾਂ ਨਹੀਂ ਭੁੱਲਦੀਆਂ ਕਦੀ ਇਹ ਸੱਟਾਂ ਕਦੀ ਨਹੀਂ ਭੁੱਲਦੀਆਂ ਜੀ ਬਾਕੀ ਗੱਲ ਸਹੀ ਹੈ ਅੱਛਾ ਭਾਅ ਜੀ ਤੁਹਾਡਾ ਸ਼ੁਭ ਨਾਮ ਦੱਸੋ ਮੈਨੂੰ ਰਾਜੂ ਬਣ ਗਿਆ ਜੈਂਟਲਮੈਨ ਰਾਜੂ ਭਾਅ ਜੀ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਜਵਾਬ ਦਓਗੇ ਚਲੋ ਸਵਾਲ ਇਹ ਹੈ ਵੀ ਇੱਕ ਔਰਤ 5 ਮਿੰਟ ਦੇ ਵਿੱਚ 5 ਰੋਟੀਆਂ ਬਣਾਉਂਦੀ ਆ ਅਤੇ ਦੋ ਔਰਤਾਂ 10 ਮਿੰਟ ਦੇ ਵਿੱਚ ਕਿੰਨੀਆਂ ਰੋਟੀਆਂ ਬਣਾਉਣਗੀਆਂ 10 ਪੱਕਾ ਮੈਂ ਦੁਬਾਰਾ ਫਿਰ ਪੁੱਛ ਲੈਣਾ ਇੱਕ ਔਰਤ 5 ਮਿੰਟ ਦੇ ਵਿੱਚ 5 ਰੋਟੀਆਂ ਬਣਾ ਰਹੀ ਹੈ ਰਸੋਈ ਦੇ ਵਿੱਚ ਅਤੇ ਦੋ ਔਰਤਾਂ 10 ਮਿੰਟ ਦੇ ਵਿੱਚ ਕਿੰਨੀਆਂ ਬਣਾਉਣਗੀਆਂ 10 ਪੱਕਾ 10 ਸੋਚ ਲਓ ਭਾਅ ਜੀ ਅਜੇ ਵੀ ਇੱਕ ਔਰਤ 5 ਮਿੰਟ 'ਚ 5 ਰੋਟੀਆਂ ਬਣਾਉਂਦੀ ਹੈ ਉਹ ਦੋ ਔਰਤਾਂ ਰਸੋਈ ਵਿੱਚ ਕਿੰਨੀਆਂ ਰੋਟੀਆਂ ਬਣਾਉਣਗੀਆਂ 5 ਮਿੰਟ 10 ਤੁਸੀਂ ਕਹਿੰਦੇ 5 ਅਤੇ ਤੁਸੀਂ ਕਹਿੰਦੇ 10
ਭਾਜੀ ਤੁਹਾਨੂੰ ਲੱਗਦਾ ਵੀ ਦੋ ਔਰਤਾਂ ਇਕੱਠੀਆਂ ਹੋ ਜਾਣ ਤੇ ਉਹ ਕੰਮ ਕਰਨਗੀਆਂ? ਉਹ ਕੰਮ ਨਹੀਂ, ਫਿਰ ਇੱਕ ਦੂਜੇ ਨਾਲ ਚੁਗਲੀਆਂ ਕਰਨਗੀਆਂ। ਬਸ ਵੇ, ਫਿਰ ਰੋਟੀ ਥੋੜੀ ਬਣਨੀ ਹੈ, ਬੰਦੇ ਨੂੰ ਭੁੱਖਾ ਸੋਣਾ ਪੈਣਾ ਹੈ ਨਾ ਜੀ। ਮੇਰੇ ਨਾਲ ਐਗਰੀ ਹੋ? ਬਿਲਕੁਲ। ਵੈਰੀ ਗੁੱਡ, ਕਿਆ ਬਾਤ ਹੈ ਰਾਜੂ ਭਾਜੀ ਦੀ ਨੇਚਰ ਬਹੁਤ ਵਧੀਆ ਹੈ ਔਰ ਇਹਨਾਂ ਕੋਲ ਕਸਟਮਰ ਆ ਰਹੇ ਆ ਜੀ। ਆਪਾਂ ਇਹਨਾਂ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਨਾ ਭਾਜੀ, ਤੁਸੀਂ ਮਿਲਕ ਬਦਾਮ ਪਿਲਾਓ, ਦੁਬਾਰਾ ਆ ਕੇ ਅਸੀਂ ਪੀਂਦੇ ਹਾਂ ਮਿਲਕ ਬਦਾਮ। ਮਿਹਰਬਾਨੀ। ਆਹ ਸ਼ਰਟ ਬਹੁਤ ਵਧੀਆ ਯਾਰ, ਆਹ ਜੈਕਟ ਬਹੁਤ ਵਧੀਆ, ਸਾਰੀਆਂ ਜੈਕਟਾਂ ਨਜ਼ਰ ਆਉਂਦੀਆਂ ਪਈਆਂ ਮੈਨੂੰ, ਕਿਉਂਕਿ ਵਿੰਟਰ ਸੀਜ਼ਨ ਸ਼ੁਰੂ ਹੋ ਗਿਆ ਅਤੇ ਜਿਹੜਾ ਵਿੰਟਰਸ ਦੀ ਕਲੈਕਸ਼ਨ ਹੈ ਉਹ ਸਾਹਮਣੇ ਨਜ਼ਰ ਆਉਂਦੀ ਪਈ ਹੈ। ਇੰਨੀਆਂ ਸੋਹਣੀਆਂ ਜੈਕਟਸ ਔਰ ਇੰਨੀਆਂ ਸੋਹਣੀਆਂ ਟੀ ਸ਼ਰਟਸ, ਜਿਸ ਸ਼ੋਪ ਦੇ ਉੱਪਰ ਮੈਂ ਖੜਾ ਭਾਅ ਜੀ ਉਹਨਾਂ ਦੇ ਓਨਰ ਇੱਥੇ ਮੇਰੇ ਨਾਲ ਨੇ, ਸੋ ਉਹਨਾਂ ਦਾ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਭਾਅ ਜੀ? ਠੀਕ ਹੋ? ਬਹੁਤ ਬਹੁਤ ਚੜ੍ਹਦੀ ਕਲਾ ਭਾਅ ਜੀ, ਸ਼ੁਕਰ। ਵੈਰੀ ਗੁੱਡ, ਵੈਰੀ ਗੁੱਡ। ਅੱਛਾ ਭਾਅ ਜੀ, ਦਿਵਾਲੀ ਦਾ ਸੀਜ਼ਨ ਹੈ, ਪਿੱਛੇ ਵੀ ਬਹੁਤ ਸਾਰੇ ਤਿਉਹਾਰ ਲੰਘ ਕੇ ਗਏ, ਫੈਸਟੀਵਲ ਸੀਜ਼ਨ ਚੱਲਦਾ ਪਿਆ, ਅਤੇ ਕੀ ਮਾਹੌਲ ਹੈਗਾ ਜੀ ਮਾਰਕੀਟ ਦਾ, ਦੇਖਦੇ ਪਏ ਹਾਂ ਚਹਿਲ ਪਹਿਲ? ਆਪਾਂ ਮਾਹੌਲ ਇੱਦਾਂ ਭਾਅ ਜੀ, ਦੇਖੋ ਹੁਣ ਦਿਨ ਤਿਉਹਾਰ ਦਾ ਦਿਨ ਹੈ, ਠੀਕ ਹੈ ਜੀ, ਅਤੇ ਲੋਕ ਆਪਣੇ ਆਪਣੇ ਘਰਾਂ 'ਚੋਂ ਨਿਕਲ ਕੇ ਆਏ ਨੇ, ਬਾਜ਼ਾਰਾਂ 'ਚ ਥੋੜ੍ਹੀ ਬਹੁਤ ਰੌਣਕ ਦੇਖਣ ਨੂੰ ਮਿਲੀ ਹੈ, ਅਤੇ ਬਾਕੀ ਇਹ ਆ ਅੱਗੋਂ ਇੱਛਾ ਕਰਾਂਗੇ ਕਿ ਦਿਵਾਲੀ ਬਹੁਤ ਵਧੀਆ ਜਾਵੇ। ਵੀ 2 ਸਾਲ ਪਹਿਲਾਂ, ਮਤਲਬ ਜਿਵੇਂ ਸਾਲ ਪਹਿਲਾਂ ਕਰੋਨਾ ਨੇ ਬਹੁਤ ਮੰਦਾ ਕੀਤਾ ਮਾਰਕੀਟ ਨੂੰ, ਇਸ ਵਾਰ ਥੋੜ੍ਹਾ ਕਰਵਾ ਚੌਥ ਦੇ ਵਿੱਚ ਜਿਹੜੀ ਰੌਣਕ ਦੇਖਣ ਨੂੰ ਮਿਲੀ ਹੈ, ਉਸ ਹਿਸਾਬ ਨਾਲ ਲੱਗਦਾ ਹੈ ਕਿ ਦਿਵਾਲੀ ਵਧੀਆ ਹੀ ਜਾਏਗੀ। ਅੱਛਾ ਭਾਅ ਜੀ, ਦਿਵਾਲੀ ਤੁਸੀਂ ਮਨਾਈ ਛੋਟੇ ਹੁੰਦੇ ਅਤੇ ਹੁਣ ਵੀ ਮਨਾਉਂਦੇ ਹੋਵੋਗੇ? ਦਿਵਾਲੀ ਤਾਂ ਭਾਅ ਜੀ ਦੇਖੋ ਸਾਡਾ ਸਾਂਝਾ ਤਿਉਹਾਰ ਹੈ, ਹਿੰਦੂ ਸਿੱਖ ਭਾਈਚਾਰੇ ਦਾ ਤਿਉਹਾਰ ਹੈ, ਠੀਕ ਹੈ, ਸਾਡਾ ਬੰਦੀ ਦਿਵਸ, ਬੰਦੀ ਛੋੜ ਦਿਵਸ ਹੈ, ਗੁਰੂ ਆਪਣੇ ਉਹਨਾਂ ਨੇ ਨਾਲ ਜਿਹੜਾ ਕੀਤਾ ਸੀਗਾ ਉਹਨਾਂ ਦਾ ਤਿਉਹਾਰ ਹੈ, ਠੀਕ ਹੈ, ਅਤੇ ਸਾਨੂੰ ਇਹੀ ਹੈ ਕਿ ਬਾਜ਼ਾਰਾਂ ਦੇ ਵਿੱਚ ਜੋ ਰੌਣਕ ਹੋਏਗੀ, ਜਿਹੜੇ ਵਪਾਰੀ ਵਧੀਆ ਸੇਲ ਕਰਨਗੇ, ਠੀਕ ਹੈ, ਉਹਦੇ ਹਿਸਾਬ ਨਾਲ ਦਿਵਾਲੀ ਵਧੀਆ ਜਾਏਗੀ। ਅਸੀਂ ਇਹੀ ਚਾਹੁੰਦੇ ਹਾਂ ਵੀ ਤੁਹਾਡਾ ਵੀ ਜਿਹੜਾ ਬਿਜ਼ਨਸ ਹੈ ਉਹ ਗਰੋ ਕਰੇ ਔਰ ਸਾਰਿਆਂ ਦੀ ਰੋਜ਼ੀ ਰੋਟੀ ਵਧੀਆ ਵਧੀਆ ਚੱਲੇ। ਅਤੇ ਅੱਛਾ ਭਾਅ ਜੀ, ਆਪਾਂ ਥੋੜ੍ਹੀ ਸ਼ੁਕਲ ਮੇਲੇ ਦੀ ਗੱਲ ਕਰਦੇ ਹਾਂ, ਕਿਉਂਕਿ ਪਬਲਿਕ ਵੋਇਸ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ ਇੰਟਰਟੇਨਮੈਂਟ ਵੀ ਹੋਵੇ, ਅਤੇ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ, ਜਵਾਬ ਦਊਂਗੇ ਉਹਦਾ? ਚਲੋ, ਮੰਨ ਲਓ ਮੈਂ ਤੁਹਾਨੂੰ ਸਵਾਲ ਪੁੱਛਦਾ, ਤੁਸੀਂ ਮੈਨੂੰ ਕਹਿਣਾ ਦੁਬਾਰਾ ਪੁੱਛੋ, ਮੈਂ ਕਹਿਣਾ ਦੁਬਾਰਾ ਨਹੀਂ, ਮੈਂ ਪੁੱਛਣਾ ਇੱਕ ਵਾਰੀ ਪੁੱਛਣਾ, ਮੇਰਾ ਪ੍ਰਸ਼ਨ ਇਹ ਹੈ ਵੀ ਉੱਤਰ ਕੀ ਹੈ? ਪ੍ਰਸ਼ਨ ਹੀ ਕਰੋਗੇ ਉੱਤਰ ਕਿੱਥੋਂ ਆਊਗਾ? ਮੈਂ ਫਿਰ ਪੁੱਛ ਲੈਣਾ, ਕੋਈ ਗੱਲ ਨਹੀਂ, ਮੇਰਾ ਪ੍ਰਸ਼ਨ ਇਹ ਹੈ ਵੀ ਉੱਤਰ ਕੀ ਹੈ? ਫਿਰ ਉਹੀ ਗੱਲ ਭਾਅ ਜੀ, ਪ੍ਰਸ਼ਨ ਤੁਸੀਂ ਕੀਤੇ ਨਹੀਂ, ਮੈਂ ਉੱਤਰ ਕਿੱਥੋਂ ਦਿਆਂ? ਮੈਂ ਵੀ ਠੀਕ ਹਾਂ ਭਾਅ ਜੀ, ਮੇਰਾ ਪ੍ਰਸ਼ਨ ਇਹ ਹੈ ਵੀ ਉੱਤਰ ਕੀ ਹੈ? ਉੱਤਰ ਹੈ ਹੀ ਕੋਈ ਨਹੀਂ ਜਦ ਪ੍ਰਸ਼ਨ ਹੀ ਨਹੀਂ ਹੈਗਾ ਤਾਂ। ਜੇ ਮੈਂ ਦੱਸ ਦਵਾਂ ਭਾਅ ਜੀ, ਫਿਰ ਮੇਰਾ ਪ੍ਰਸ਼ਨ ਇਹ ਹੈ ਵੀ ਉੱਤਰ ਕੀ ਹੈ? ਮੈਂ ਕਹਿੰਦਾ ਤਾਂ ਮੈਂ, ਜੇ ਤੁਸੀਂ ਪ੍ਰਸ਼ਨ ਕੀਤਾ ਹੀ ਨਹੀਂ ਤਾਂ ਉੱਤਰ ਕਿੱਥੋਂ ਦਿਆਂ? ਭਾਅ ਜੀ ਜੇ ਮੈਂ ਉੱਤਰ ਦੇ ਦਿੱਤਾ ਤਾਂ ਮੇਰੇ ਮੈਨੂੰ ਇੱਕ ਟੀ ਸ਼ਰਟ ਦਊਂਗੀ ਤੁਹਾਨੂੰ? ਟੀ ਸ਼ਰਟ ਮਾਰਾ ਹੀ ਦੋ ਦਿਆਂਗੇ ਤੁਹਾਨੂੰ? ਬਸ ਫਿਰ ਠੀਕ ਹੈ, ਮੈਂ ਲਾਸਟ ਟਾਈਮ ਪੁੱਛ ਲੱਗਾ, ਮੇਰਾ ਪ੍ਰਸ਼ਨ ਇਹ ਹੈ ਵੀ ਉੱਤਰ ਕੀ ਹੈ? ਭਾਅ ਜੀ ਤੁਹਾਡਾ ਪ੍ਰਸ਼ਨ ਵੀ ਤੁਹਾਨੂੰ ਪਤਾ, ਤੁਹਾਡਾ ਉੱਤਰ ਵੀ ਤੁਹਾਨੂੰ ਪਤਾ, ਮੈਨੂੰ ਨਹੀਂ ਪਤਾ ਹੈਗਾ। ਚਲੋ ਭਾਅ ਜੀ ਹੱਥ ਮਿਲਾਓ, ਮੇਰਾ ਪ੍ਰਸ਼ਨ ਇਹ ਹੈ ਉੱਤਰ ਕੀ ਹੈ? ਉੱਤਰ ਪਤਾ ਕੀ ਹੈ? ਉੱਤਰ ਇੱਕ ਦਿਸ਼ਾ ਹੈ, ਉੱਤਰ, ਦਕਸ਼ਿਣ, ਪੂਰਬ, ਪੱਛਮ। ਨਹੀਂ ਉਹ ਤਾਂ ਹੈਗੀ ਹੈ, ਤਾਂ ਉਹ 4 ਦਿਸ਼ਾ ਨੇ, ਤੁਸੀਂ ਇਕੱਲਾ ਉੱਤਰ ਪੁੱਛਿਆ, ਕਿਹੜੀ? ਉਹੀ ਉੱਤਰ ਕੀ ਹੈ, ਮੇਰਾ ਪ੍ਰਸ਼ਨ ਇਹ ਵੀ ਉੱਤਰ ਕੀ ਹੈ? ਮਿਹਰਬਾਨੀ ਭਾਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਬੜਾ ਵਧੀਆ, ਬਹੁਤ ਵਧੀਆ ਲੱਗਾ ਜੀ ਭਾਜੀ ਉਹਨਾਂ ਨੇ ਮਿਲ ਕੇ ਔਰ ਨੇਚਰ ਤੁਸੀਂ ਅਚਨ ਜੇਤ ਆਏ, ਮੈਂ ਆਪਣੇ ਖਿਆਲੀ ਬੈਠਾ ਸੀਗਾ, ਮੈਨੂੰ ਬਹੁਤ ਵਧੀਆ ਲੱਗਿਆ, ਥੈਂਕ ਯੂ ਸੋ ਨਾਈਸ ਸੋਫੀ ਭਾਜੀ, ਥੈਂਕ ਯੂ, ਹੈਪੀ ਦੀਵਾਲੀ ਭਾਜੀ ਸਾਡੇ ਵੱਲੋਂ ਔਰ ਵਾਕਈ ਜੀ ਕਾਬਿਲੇ ਤਾਰੀਫ ਹੈ ਔਰ ਇੱਥੇ ਆ ਕੇ ਆਨੰਦ ਆ ਰਿਹਾ ਜੀ ਪੂਰਾ ਔਰ ਭਾਜੀ ਉਹਨਾਂ ਨਾਲ ਮਿਲ ਕੇ ਤਾਂ ਹੋਰ ਆਨੰਦ ਆ ਗਿਆ, ਸਾਡਾ ਦਿਨ ਬਣ ਗਿਆ, ਥੈਂਕ ਯੂ ਭਾਜੀ, ਥੈਂਕ ਯੂ। ਸੋ ਜੀ ਇਸ ਵੇਲੇ ਜੋਤੀ ਚੌਂਕ ਦੀ ਰੌਣਕ ਵੇਖਣ ਵਾਲੀ ਹੈ ਔਰ ਕਸਟਮਰਸ ਐਵਰੇਜ ਨੇ, ਸੋਸੋ ਨੇ, ਕੁਛ ਦੁਕਾਨਾਂ ਖਾਲੀ ਨੇ, ਕੁਛ ਦੁਕਾਨਾਂ ਭਰੀਆਂ ਹੋਈਆਂ ਨੇ ਔਰ ਆਪਾਂ ਗੱਲਾਂ ਬਾਤਾਂ ਕਰਾਂਗੇ ਕਸਟਮਰਸ ਦੇ ਨਾਲ ਵੀ ਅਤੇ ਸਪੈਸ਼ਲੀ ਸੇਲਸਮੈਨ ਦੇ ਨਾਲ ਵੀ ਔਰ ਜਿਹੜੇ ਸ਼ੋਪਸ ਦੇ ਓਨਰ ਨੇ ਉਹਨਾਂ ਨਾਲ ਵੀ। ਸੋ ਤੁਸੀਂ ਇੰਜੋਏ ਕਰ ਰਹੇ ਹੋ ਜੀ ਪਬਲਿਕ ਵੋਇਸ, ਆ ਜਾਓ ਅੱਗੇ ਚੱਲੀਏ। ਸੋ ਜੀ ਮੌਸਮ ਵੀ ਬਹੁਤ ਤੇਜ਼ੀ ਨਾਲ ਬਦਲਦਾ ਪਿਆ ਜੀ, ਜਦੋਂ ਦੀ ਬਾਰਿਸ਼ ਹੋਈ ਹੈ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਟੈਂਪਰੇਚਰ ਬਹੁਤ ਡਾਊਨ ਹੋਇਆ ਅਤੇ ਗਰਮ ਗਰਮ ਕੱਪੜੇ ਜਿਹੜੇ ਹੈ ਉਹ ਦਿਖਣੇ ਨਜ਼ਰ ਆ ਗਏ ਹਰ ਦੁਕਾਨ ਦੇ ਉੱਪਰ ਔਰ ਚਾਹੇ ਉਹ ਲੇਡੀਜ਼ ਹੋਵੇ, ਜੈਂਟਸ ਹੋਵੇ, ਸੋ ਬੱਚਿਆਂ ਦੇ ਵੀ ਗਰਮ ਕੱਪੜੇ। ਅਤੇ ਇਸ ਵੇਲੇ ਇਸੇ ਹੀ ਸਟਾਲ ਦੇ ਓਨਰ ਜਿਹੜੇ ਸਾਡੇ ਨਾਲ ਮੌਜੂਦ ਨੇ, ਭਾਅ ਜੀ ਕੀ ਹਾਲ ਚਾਲ? ਵਧੀਆ ਭਾਅ ਜੀ, ਮੈਂ ਸੁਣਿਆ ਤੁਹਾਡਾ ਨਾਮ ਮੇਜਰ ਹੈ। ਹਾਂਜੀ ਹਾਂਜੀ ਮੇਜਰ ਭਾਅ ਜੀ। ਇਹ ਨਾਮ ਕਿਹਨੇ ਰੱਖਿਆ ਹੈ? ਆਪ ਹੀ ਰੱਖ ਲਿਆ। ਅੱਛਾ, ਇੱਧਰ ਜੰਮੇ ਤੁਸੀਂ, ਨਾਮ ਆਪ ਹੀ ਰੱਖ ਲਿਆ? ਇਹ ਉਹ ਵੱਖਰਾ ਆ, ਦੂਜਾ ਘਰ ਵਾਲਾ। ਅੱਛਾ, ਕੀ ਨਾਮ ਹੈ ਉਹਦਾ? ਗੋਲੂ। ਗੋਲੂ, ਵਾਹ ਕੀ ਬਾਤ ਹੈ, ਗੋਲੂ ਮੋਲੂ ਜਾਣ ਆ ਗਈ, ਜਾਣ ਆ ਗਈ ਹੈ। ਅੱਛਾ ਗੋਲੂ ਮੋਲੂ ਜੀ, ਭਾਜੀ ਇਹ ਸਾਲ ਆਪਣਾ ਹੈਗਾ? ਹਾਂਜੀ ਹਾਂਜੀ। ਕਿੱਦਾਂ ਮਾਹੌਲ ਕੀ ਆ ਮਾਰਕੀਟ ਦਾ? ਮਾਹੌਲ ਠੀਕ ਹੀ ਹੈ ਭਾਜੀ, ਘੱਟ ਵਧੀ ਆ, ਘੱਟ ਵਧੀ ਆ, ਮੰਦੀ ਚੱਲਦੀ ਵੀ ਹੈ। ਅੱਛਾ ਮੰਦੀ ਆ? ਹਾਂ। ਤੇ ਤਿਉਹਾਰ ਤਾਂ ਚੱਲਦੇ ਪਏ ਆ, ਤਿਉਹਾਰਾਂ ਦੇ ਵਿੱਚ ਵੀ ਮੰਦੀ ਆ? ਤਿਉਹਾਰ ਹੁਣ ਦੇਖਦੇ ਆ, ਜਿਹੜਾ ਫਸਟ ਸੀਜ਼ਨ ਆਏ ਉਹ ਤਾਂ ਵਧੀਆ ਸੀਗਾ, ਹੁਣ ਇਹਦਾ ਤਾਂ ਕੋਈ ਪਤਾ ਨਹੀਂ। ਮਹਿੰਗਾਈ ਦੀ ਮਾਰ ਪਈ, ਕਰੋਨਾ ਦੀ ਮਾਰ ਪਈ ਆ ਕੰਮ 'ਚ?
ਠੀਕ ਹੈ ਤੇ ਦੀਵਾਲੀ ਮਨਾਉਂਦੇ ਹੋ ਤੁਸੀਂ ਮਨਾਵਾਂਗੇ ਪਿਛਲੀ ਵਾਰ ਵੀ ਮਨਾਈ ਸੀ ਆਹੋ ਜੇ ਕਿਸੇ ਲੋਗੀ ਫਿਰ ਮਨਾਵਾਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਅੱਛਾ ਗੋਲੂ ਦੀਵਾਲੀ ਮਨਾਉਂਦੇ ਮਨਾਉਂਦੇ ਕੋਈ ਯਾਦ ਜੁੜੀ ਹੋਵੇ ਮਿੱਠੀ ਖੱਟੀ ਕੋਈ ਯਾਦ ਹੈਗੀ ਹੈ ਕੱਲ੍ਹ ਹੀ ਯਾਦ ਜੁੜੀ ਸੀ ਕੀ ਹੋਇਆ ਕੁਛ ਨਹੀਂ ਕੁੜੀ ਆਈ ਸੀ ਇੱਕ ਕਹਿੰਦੀ ਫੋਨ ਚੱਕ ਮੈਂ ਫੋਨ ਚੱਕਦਾ ਮਹਿੰਦੀ ਲਾਈ ਹੋਈ ਸੀ ਨਾ ਹੱਥਾਂ ਨੂੰ ਬਾਅਦ 'ਚ ਕਹਿੰਦੀ ਮੇਰੇ ਕੰਨ ਨੂੰ ਲਾ ਦੇ ਫੋਨ ਉਹ ਵੀ ਲਾ ਦਿੱਤਾ ਬਾਅਦ 'ਚ ਨੰਬਰ ਨੁੰਬਰ ਦੇ ਕੇ ਗਈ ਨਹੀਂ ਚੱਲ ਗਈ ਇਹ ਗੋਲੂ ਮੋਲੂ ਨਹੀਂ ਗੋਲ ਮੋਲ ਹੈ ਹੈਨਾ ਤੂੰ ਗੋਲੂ ਦੀ ਜਗ੍ਹਾ 'ਤੇ ਗੋਲ ਮੋਲ ਆ ਮੇਜਰ ਆ ਮੇਜਰ ਅੱਛਾ ਗੋਲੂ ਚਲੋ ਇੱਕ ਸਵਾਲ ਕਰ ਦਿੰਦਾ ਠੀਕ ਆ ਸਵਾਲ ਦਾ ਜਵਾਬ ਦੇਗਾ ਹਾਂਜੀ ਹਾਂਜੀ ਠੀਕ ਹੈ ਸਵਾਲ ਬੜਾ ਸਾਰੇ ਦੇਣਗੇ ਮੈਂ ਇਕੱਲਾ ਨਹੀਂ ਚਲੋ ਠੀਕ ਹੈ ਸਵਾਲ ਬੜਾ ਆਸਾਨ ਜਿਹਾ ਠੀਕ ਹੈ ਸਵਾਲ ਇਹ ਹੈ ਬਈ ਆਪਣੇ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀਆਂ ਲੇਡੀਜ਼ ਪਾਉਂਦੀਆਂ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀਆਂ ਲੇਡੀਜ਼ ਪਾਉਂਦੀਆਂ ਜਿਹੜੇ ਜੈਂਟਸ ਹੈ ਉਹ ਪਾਉਂਦੇ ਵੀ ਆ ਅਤੇ ਖਾਂਦੇ ਵੀ ਆ ਜਿਹੜੇ ਬੰਦੇ ਆ ਉਹ ਖਾਂਦੇ ਵੀ ਆ ਅਤੇ ਪਾਉਂਦੇ ਵੀ ਆ ਜੁੱਤੀ ਬਾਤ ਹੈ ਇਹ ਮੈਨੂੰ ਤੇਰੇ ਬਾਲਾਂ ਤੋਂ ਪਤਾ ਲੱਗਾ ਯਾਰ ਜੁੱਤੀਆਂ ਗੋਲੂ ਮੋਲੂ ਤੇਰੀ ਨੇਚਰ ਬਹੁਤ ਵਧੀਆ ਯਾਰ ਤੇਰੀ ਸਮਾਈਲ ਬਹੁਤ ਵਧੀਆ ਲੱਗੀ ਮੈਨੂੰ ਇੱਕ ਵਾਰ ਜੱਫੀ ਬਾਬਰਾ ਸੋ ਜੀ ਇਹ ਗੋਲੂ ਮੋਲੂ ਇੱਦਾਂ ਦੇ ਨੌਜਵਾਨ ਜਿਹੜੇ ਬਹੁਤ ਮਿਹਨਤੀ ਨੇ ਔਰ ਪੰਜਾਬ ਵਨ ਟੀ ਵੀ ਤੁਹਾਨੂੰ ਐਪਰੀਸ਼ੀਏਟ ਕਰਦਾ ਬਹੁਤ ਵਧੀਆ ਲੱਗਾ ਮਿਲ ਕੇ ਵਾਹਿਗੁਰੂ ਤਰੱਕੀਆਂ ਬਖਸ਼ੇ ਅਤੇ ਮੇਜਰ ਨੂੰ ਮੇਰਾ ਸਲਿਊਟ ਹੈ ਆ ਸਲਿਊਟ ਕਿਆ ਬਾਤ ਹੈ ਜੀ ਸੋ ਜੀ ਪਬਲਿਕ ਵੋਇਸ ਇਸ ਵੇਲੇ ਚੱਲਦਾ ਪਿਆ ਜੀ ਰੌਣਕਾਂ ਲੱਗੀਆਂ ਹੋਈਆਂ ਮੈਨੂੰ ਧੱਕੇ ਵੱਜਦੇ ਪਏ ਆ ਜੀ ਕਸਟਮਰ ਬਹੁਤ ਸਾਰੇ ਹੈਗੇ ਇੱਥੇ ਸੋ ਆਪਾਂ ਹਜੇ ਤੱਕ ਤਾਂ ਸੇਲਸਮੈਨ ਜਾਂ ਓਨਰਸ ਦੇ ਨਾਲ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਇੱਧਰ ਅੱਛਾ ਮੈਂ ਸਮਝ ਗਿਆ ਗੋਲੂ ਮੋਲੂ ਨੂੰ ਇਹਦਾ ਆਂਸਰ ਇਸ ਕਰਕੇ ਪਤਾ ਸੀਗਾ ਕਿਉਂਕਿ ਇਹਦੇ ਗੁਆਂਢੀ ਜੁੱਤੀਆਂ ਦੀ ਦੁਕਾਨ ਹੈਗੀ ਹੈ ਨਾ ਆਹ ਦੇਖੋ ਜੀ ਪੰਜਾਬੀ ਜੁੱਤੀਆਂ ਸਜੀਆਂ ਹੋਈਆਂ ਜੀ ਬਹੁਤ ਸਾਰੀਆਂ ਇਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਭਾਅ ਜੀ ਉਹਨਾਂ ਦੇ ਨਾਲ ਵੀ ਸੋ ਪਬਲਿਕ ਵੋਇਸ ਸ਼ੋਅ ਜਿਹੜਾ ਇਸ ਵੇਲੇ ਚੱਲਦਾ ਪਿਆ ਆਪਾਂ ਅੱਗੇ ਹੋ ਕੇ ਆਉਂਦੇ ਹਾਂ ਔਰ ਮੇਰਾ ਦਿਲ ਕਰਦਾ ਪਿਆ ਇੱਧਰੋਂ ਪਾਪੜੀ ਚਾਟ ਦੇ ਗੋਲ ਗੱਪੇ ਖਾਣ ਨੂੰ ਉਹ ਵੀ ਖਾਂਦੇ ਹਾਂ ਆ ਜਾਓ ਭਾਅ ਜੀ ਥੈਂਕ ਯੂ ਸੋ ਜੀ ਪਬਲਿਕ ਵੋਇਸ ਦੀ ਟੀਮ ਅੱਜ ਜੋਤੀ ਚੌਂਕ ਦੇ ਵਿੱਚ ਰੈਣਕ ਬਾਜ਼ਾਰ ਦੇ ਵਿੱਚ ਔਰ ਇੱਥੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਔਰ ਰਸ਼ ਬਹੁਤ ਜ਼ਿਆਦਾ ਹੈਗਾ ਪਰ ਮੈਂ ਇੱਕ ਬੰਦੇ ਨਾਲ ਮਿਲਿਆ ਇਹ ਛੋਟੇ ਹੁੰਦੇ ਬਹੁਤ ਖਾਧਾ ਜੀ ਆਪਾਂ ਮਾਈ ਬੁੱਢੀ ਦਾ ਝਾਟਾ ਜਿਹਨੂੰ ਕਹਿੰਦੇ ਹੁੰਦੇ ਸੀਗੇ ਸ਼ੂਗਰ ਕੈਂਡੀ ਸੋ ਜਿਹੜਾ ਮੁੰਡਾ ਵੇਚਦਾ ਪਿਆ ਇਹਦਾ ਨਾਮ ਹੈਗਾ ਸੁਨੀਲ ਸੁਨੀਲ ਕੀ ਹਾਲ ਚਾਲ ਠੀਕ ਹੈ ਸਰ ਠੀਕ ਹੋ ਕਹਾਂ ਸੇ ਹੋ ਆਪ ਯੂਪੀ ਸੇ ਅਰੇ ਵਾਹ ਯੂਪੀ ਸੇ ਆਰਾ ਹਿਲੇ ਬਲੀਆ ਹਿਲੇ ਛਪਰਾ ਹਿਲੇ ਲਾਲ ਥੋੜੀ ਲਚਕੇ ਜਬ ਕਮਰੀਆ ਸਾਰਾ ਜ਼ਿਲ੍ਹਾ ਹਿਲੇ ਲਾਲ ਹਾਂਜੀ ਯੂਪੀ ਸੇ ਹੋ ਪੰਜਾਬ ਮੇ ਕਿਤਨੇ ਸਾਲ ਹੋ ਗਏ ਆਪਕੋ ਯਹਾਂ ਹੋ ਗਏ 10 12 ਸਾਲ ਅਰੇ 10 12 ਸਾਲ ਹੋ ਗਏ ਅੱਛਾ ਇਹ ਕਿਤਨੇ ਸਾਲ ਹੋ ਗਏ ਜੇ ਵੇਚਦੇ ਹੋਏ ਯਹੀ ਕੰਮ ਕਰਦੇ ਹਾਂ ਸ਼ੁਰੂ ਸੇ ਯਹੀ ਕੰਮ ਕਰਦੇ ਹੋ ਯਹੀ ਕੰਮ ਕਰਦੇ ਹਾਂ ਵੈਰੀ ਗੁੱਡ ਇਹ ਇਸਕੋ ਕੀ ਬੋਲਦੇ ਹਾਂ ਇੰਗਲਿਸ਼ ਮੇ ਸ਼ੂਗਰ ਕੈਂਡੀ ਆਏ ਸ਼ੂਗਰ ਕੈਂਡੀ ਆਪ ਖਾਤੇ ਹੋ ਕਭੀ ਹਾਂਜੀ ਅੱਛਾ ਆਪ ਬਣਾਤੇ ਵੀ ਹੋ ਖਾਤੇ ਵੀ ਹੋ ਖਾ ਵੀ ਲੇਤੇ ਅੱਛਾ ਕੈਸੇ ਵੇਚਦੇ ਕੈਸੇ ਹੋ ਇਸਸੇ ਵਜਾ ਕੇ ਉੱਪਰ ਬਜਾਓ 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 ਥੋੜਾ ਉੱਪਰ ਕਰਕੇ ਬਜਾਓ ਅਰੇ ਵਾਹ ਕੀ ਬਾਤ ਹੈ ਵੈਰੀ ਗੁੱਡ ਸੋ ਜੀ ਇਹ ਇਸ ਮੇ ਰੰਗ ਵੀ ਡਾਲਦੇ ਹੋ ਫਿਰ ਹਾਂਜੀ ਇਹ ਮੁਝੇ ਅਰੇ ਵਾਹ ਅੱਛਾ ਮੈਂ ਨਹੀਂ ਸੋਚਿਆ ਮੁਝੇ ਦੇਣੇ ਲੱਗੇ ਹੋ ਅੱਛਾ ਮੁਝੇ ਵੀ ਦੇ ਦਿਓ ਕਿਆ ਬਾਤ ਹੈ ਜੀ ਇਹ ਇਹ ਮਿਲ ਗਿਆ ਜੀ ਮੈਨੂੰ ਇਸ ਵੇਲੇ ਮਾਈ ਬੁੱਢੀ ਦਾ ਝਾਟਾ ਸ਼ੂਗਰ ਕੈਂਡੀ ਹੈਂਜੀ ਖਾਵਾਂਗਾ ਜੀ ਅਤੇ ਅੱਛਾ ਸੁਨੀਲ ਮੁਝੇ ਇੱਕ ਬਾਤ ਬਤਾਓ ਦੀਵਾਲੀ ਮਨਾਤੇ ਹੋ ਹਾਂਜੀ ਮਨਾਤੇ ਹੋ ਅੱਛਾ ਕੈਸੇ ਮਨਾਤੇ ਹੋ ਦੀਵਾਲੀ ਦੀਵਾਲੀ ਪੇ ਘਰ ਪੇ ਜਾਏਂਗੇ ਕੋਈ ਧਮਾਕੇ ਧਮੂਕੇ ਲਾਏਂਗੇ ਔਰ ਅੱਛਾ ਓਕੇ ਚਲੋ ਇੱਕ ਛੋਟਾ ਸਾ ਸਵਾਲ ਪੁੱਛਦਾ ਹਾਂ ਜਵਾਬ ਦੋਗੇ ਹਾਂ ਸਵਾਲ ਇਹ ਹੈ ਕਿ ਐਸੀ ਕੌਨ ਸੀ ਚੀਜ਼ ਹੈ ਜੋ 10 ਰੁਪਏ ਮੇਂ ਆਤੀ ਹੈ ਔਰ ਮੈਂ ਆਪਕੋ 10 ਰੁਪਏ ਦੂੰ ਤੋ 10 ਰੁਪਏ ਸੇ ਐਸੀ ਮਾਰਕੀਟ ਸੇ ਕੌਨ ਸੀ ਚੀਜ਼ ਲੈ ਕੇ ਆਓਗੇ ਜਿਸਸੇ ਆਪਕਾ ਘਰ ਭਰ ਜਾਏਗਾ 10 ਰੁਪਏ ਮੇਂ ਐਸੀ ਕੌਨ ਸੀ ਚੀਜ਼ ਹੈ ਜਿਸ ਮੇਂ ਘਰ ਭਰ ਜਾਏਗਾ ਪੂਰਾ ਕਮਰਾ ਭਰ ਜਾਏਗਾ ਆਪਕਾ 10 ਰੁਪਏ ਸੇ ਕੌਨ ਸੀ ਐਸੀ ਚੀਜ਼ ਹੈ ਐਸੀ ਕੌਨ ਸੀ ਚੀਜ਼ ਹੈ ਬਤਾਓ ऐसी तो कोई सी चीज ही नहीं जिससे 10 रुपए में घर भर जाएगा इतनी महंगाई में आता कुछ भी नहीं भाई ये खुशियां भर सकते हैं हाय हाय खुशियां भर सकती हैं नाइस 10 रुपए में ऐसी कौन सी चीज है जिससे घर भर जाएगा आपका पूरा ऐसी तो कोई चीज नहीं है क्या किससे भरेगा घर 10 रुपए की अगरबत्ती आती है हाँ जी हाँ तो जो जलाओगे तो खुशबू से घर नहीं भर जाएगा भर जाएगा अच्छा आंसर दिया ना मैंने इस खुशी में एक और दो नहीं नहीं रहने दो यार रहते हैं बहुत बहुत शुक्रिया जी और सुनील बड़ा अच्छा है और मेहनती है मैं मेहनती बंदे की हमेशा कदर करना पंजाब वन टी वी हमेशा धन्यवाद करता थैंक यू वेरी मच सुनील कीप इट अप थैंक यू गुड जॉब ये इसके पैसे दूँ मैं आपको अच्छा वही 10 रुपये अगरबत्ती वाले हैं थैंक यू थैंक यू थैंक यू और नहीं ले लो यार नहीं नहीं खुश रहो ਸੋ ਜੀ ਪਬਲਿਕ ਵੋਇਸ ਦੀ ਟੀਮ ਅੱਜ ਕੋਸ਼ਿਸ਼ ਕਰਦੀ ਪਈ ਹੈ ਦੁਕਾਨਦਾਰਾਂ ਦੇ ਨਾਲ ਵੀ ਗੱਲ ਕਰਨ ਦੀ ਔਰ ਕਸਟਮਰਸ ਦੇ ਨਾਲ ਵੀ ਗੱਲ ਕਰਨ ਦੀ ਹਰ ਇੱਕ ਦੇ ਚਿਹਰੇ ਦੇ ਉੱਪਰ ਖੁਸ਼ੀ ਵੀ ਹੈ ਥੋੜ੍ਹੀ ਬਹੁਤ ਮਾਯੂਸੀ ਵੀ ਹੈ ਯਾਰ ਕਸਟਮਰ ਘੱਟ ਹੈਗੇ ਆ ਨੋ ਇਸ਼ੂ ਪਾਰਟ ਆਫ ਲਾਈਫ ਸੋ ਜੀ ਇਸ ਵੇਲੇ ਸਾਡੇ ਨਾਲ ਇੱਕ ਯੰਗ ਬੋਏ ਯੰਗ ਮੈਨ ਖੜੇ ਨੇ ਡੈਸ਼ਿੰਗ ਮੈਨ ਸੋ ਭਾਅ ਜੀ ਕੀ ਹਾਲ ਚਾਲ ਵਧੀਆ ਵਧੀਆ ਤੁਹਾਡੇ ਉੱਪਰ ਬਹੁਤ ਗੌਰਵ ਹੈ ਮੈਨੂੰ ਕਿਉਂਕਿ ਤੁਹਾਡਾ ਨਾਮ ਗੌਰਵ ਹੈ
ਗੌਰਵ ਦਾ ਮਤਲਬ ਪ੍ਰਾਊਡ ਹੁੰਦਾ ਹੈ। ਸੋ ਅੱਛਾ ਗੌਰਵ, ਮਾਰਕੀਟ ਘੁੰਮਣ ਆਏ ਸੀਗੇ ਜਾਂ ਕੁਛ ਪਰਚੇਜ਼ਿੰਗ? ਅਸੀਂ ਆਏ ਗਏ ਹਾਂ, ਕੁਛ ਸਮਾਨ ਦੇਖਣਾ ਸੀਗਾ ਘਰ ਦਾ, ਅਤੇ ਦੇਖ ਰਹੇ ਹਾਂ ਵਧੀਆ ਰੌਣਕ ਰੌਣਕ ਚੱਲ ਰਹੀ ਹੈ। ਅੱਛਾ, ਕਾਫੀ ਦੇਰ ਬਾਅਦ ਇੱਦਾਂ ਮਾਹੌਲ ਦੇਖਣ ਨੂੰ ਮਿਲਿਆ, ਬਿਕੋਜ਼ ਪਹਿਲਾਂ ਕਰੋਨਾ ਦਾ ਮਾਹੌਲ ਸੀਗਾ, ਸਾਲ ਦੋ ਸਾਲ ਹੁਣ ਵਧੀਆ ਲੱਗ ਰਿਹਾ ਰੌਣਕਾਂ ਦੁਆਰਾ ਦੇਖਣ ਨੂੰ ਮਿਲ ਰਹੀਆਂ। ਅੱਛਾ ਅੱਛਾ, ਹਾਂਜੀ, ਵੈਰੀ ਗੁੱਡ। ਅਤੇ ਸ਼ੋਪਿੰਗ ਹਜੇ ਕਰਨੀ ਹੈ ਕਿ ਆਪਾਂ ਡਿਸਟਰਬ ਕਰਦਾ ਤੁਹਾਨੂੰ? ਨਹੀਂ 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 ਸਰ, ਕੋਈ ਸ਼ੋਲੀ ਗੱਲ ਨਹੀਂ ਹੈਗੀ, ਤੁਸੀਂ ਲੈ ਸਕਦੇ ਹੋ ਆਪਣਾ ਟਾਈਮ। ਅੱਛਾ, ਵੈਸੇ ਤਾਂ ਮੈਂ ਵੇਟ ਕਰ ਰਿਹਾ ਆਪਣੇ ਫੈਮਿਲੀ ਦੀ, ਫੈਮਿਲੀ ਆ ਰਹੀ ਹੈ, ਸ਼ੋਪਿੰਗ ਕਰਾਂਗੇ। ਹਾਂਜੀ, ਗੁੱਡ ਗੁੱਡ ਗੁੱਡ। ਅਤੇ ਭਾਅ ਜੀ, ਦਿਵਾਲੀ ਦੀ ਕਿੰਨੀ ਇੰਪੋਰਟੈਂਸ ਹੈ ਤੁਹਾਡੀ ਲਾਈਫ ਦੇ ਵਿੱਚ? ਦਿਵਾਲੀ ਮਨਾਈ ਹੈ ਕਦੀ? ਦਿਵਾਲੀ ਸਰ ਬਿਲਕੁਲ ਇੰਪੋਰਟੈਂਟ ਹੈਗੀ, ਲੇਕਿਨ ਪਟਾਕੇ ਵਗੈਰਾ ਜਿਹੜੇ ਚੱਲਦੇ ਹੈਗੇ, ਪੋਲਿਊਸ਼ਨ ਵਗੈਰਾ ਜਿਹੜਾ ਹੁੰਦਾ ਹੈਗਾ, ਉਹ ਥੋੜ੍ਹਾ ਧਿਆਨ ਉਹਦਾ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਵਰਤ ਹੁੰਦੀਆਂ, ਲੇਕਿਨ ਆਪਾਂ ਕਈ ਲੋਕ ਨਹੀਂ ਸਮਝਦੇ ਹੈਗੇ ਚੀਜ਼ ਨੂੰ, ਉਹ ਥੋੜ੍ਹਾ ਸਾਨੂੰ ਪ੍ਰੇ ਕਰਨਾ ਚਾਹੀਦਾ ਬਾਕੀ। ਬਿਲਕੁਲ ਜੀ, ਇਹ ਬੰਦੇ ਹਰ ਬੰਦੇ ਨੂੰ ਪਲੈਜ ਕਰਨਾ ਚਾਹੀਦਾ। ਸੋ ਆਪਾਂ ਪਲੈਜ ਕਰਦੇ ਆਪਾਂ ਨੋਇਸ ਫਰੀ ਅਤੇ ਪੋਲਿਊਸ਼ਨ ਫਰੀ ਦਿਵਾਲੀ ਮਨਾਈਏ, ਹੈ ਨਾ ਜੀ। ਅੱਛਾ ਗੌਰਵ, ਤੁਸੀਂ ਜੋਬ ਕਰਦੇ ਹੋ? ਬਿਲਕੁਲ ਸਰ, ਮੈਂ ਪੇਸ਼ੇ ਤੋਂ ਬੈਂਕਰ ਹਾਂ, HDFC ਬੈਂਕ ਵਿੱਚ। ਅੱਛਾ, HDFC ਬੈਂਕ ਦੇ ਵਿੱਚੋਂ ਜੀ, ਵੈਰੀ ਗੁੱਡ। ਹੁਣ ਤਾਂ ਤੁਹਾਡੀ ਆਪਾਂ ਇੰਟਰਵਿਊ ਲੈ ਲਈ, ਸਾਨੂੰ ਰੇਟ ਆਫ ਇੰਟਰਸਟ ਕੀ ਲੱਗੂਗਾ ਲੋਨ ਦੇ ਉੱਪਰ? ਹੋਮ ਲੋਨ ਬੈਂਕਿੰਗ ਦਾ ਸਰ ਰੂਲ ਹੈਗਾ, ਉਹ ਤਾਂ ਬ੍ਰੇਕ ਕਰ ਨਹੀਂ ਸਕਦੇ ਆਪਾਂ। ਅੱਛਾ, ਬਾਕੀ ਤਾਂ ਤੁਸੀਂ ਮੇਰੇ ਕੁਛ ਕਹਿੰਦੇ ਹੈਗੇ ਤਾਂ ਮੈਂ ਤੁਹਾਨੂੰ ਬਿਲਕੁਲ ਰਿਗਾਰਡ ਕਰਾਂਗਾ। ਥੈਂਕ ਯੂ। ਅੱਛਾ, ਨਹੀਂ ਨਹੀਂ ਹਜੇ ਮੈਂ ਹਜੇ ਤਾਂ ਗੱਲਾਂ ਕਰਨੀਆਂ ਮੈਂ। ਬਿਲਕੁਲ। ਅਤੇ ਅੱਛਾ, ਮੈਂ ਚਲੋ ਛੋਟਾ ਜਿਹਾ ਸਵਾਲ ਕਰਦਾ ਤੁਹਾਨੂੰ, ਠੀਕ ਹੈ? ਸਵਾਲ ਇਹ ਹੈ ਵੀ SBI ਅਤੇ PNB ਦੀ ਫੁੱਲ ਫਾਰਮ ਕੀ ਹੈ? ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ। ਵੈਰੀ ਗੁੱਡ। ਤੁਹਾਨੂੰ ਲੱਗਦਾ ਮੈਂ ਇੰਨਾ ਆਸਾਨ ਸਵਾਲ ਪੁੱਛ ਲੂੰਗਾ? ਇਹ ਤਾਂ ਮੈਨੂੰ ਵੀ ਪਤਾ, ਬੱਚੇ ਨੂੰ ਪਤਾ। ਹੁਣ ਕੁਸ਼ਚਨ ਇਹ ਹੈ ਵੀ ਚਾਰ ਬੈਂਕ ਹੈ, ਚਾਰਾਂ ਬੈਂਕਾਂ ਦੀ ਫੁੱਲ ਫਾਰਮ ਦੱਸਣੀ ਤੁਸੀਂ, ਉਹ ਚਾਰਾਂ ਬੈਂਕਾਂ ਦੀ ਫੁੱਲ ਫਾਰਮ ਮੈਨੂੰ ਪਤਾ। HSBC, ICICI, IDBI, HDFC, ਜਿਹੜੇ ਬੈਂਕ ਵਿੱਚ ਤੁਸੀਂ ਹੋ? HDFC ਦਾ ਮੈਨੂੰ ਪਤਾ, ਕੋਈ ਮੈਂ ਜੋਬ ਕਰ ਰਿਹਾ, ਹਾਊਸਿੰਗ ਡਿਵੈਲਪਮੈਂਟ ਫਾਈਨੈਂਸ ਕੰਪਨੀ। ਹਾਂ, ਫਾਈਨੈਂਸ ਕੰਪਨੀ। ਕੰਪਨੀ ਕਾਰਪੋਰੇਸ਼ਨ? ਕਾਰਪੋਰੇਸ਼ਨ। ਓਕੇ, ਸੋ ICICI? ਉਹਦੀ ਨਹੀਂ ਪਤਾ ਸਰ। IDBI? ਨਹੀਂ। HSBC? ਨਾ ਵੀ ਨਹੀਂ ਪਤਾ। ਇਹ ਤਿੰਨਾਂ ਬੈਂਕਾਂ ਦੀ ਫੁੱਲ ਫਾਰਮ ਮੈਨੂੰ ਕਿਉਂ ਪਤਾ ਪੁੱਛੋ? ਕਿਉਂਕਿ ਸਰ ਤੁਸੀਂ ਰੱਟ ਗਏ ਨਾ ਕਰੋ। ਨਾ ਨਾ ਨਾ, ਰੱਟ ਕੇ ਨਹੀਂ ਆਇਆ, ਮੈਂ ਲੋਨ ਲਿੱਤਾ, ਕਿਸ਼ਤਾਂ ਦਿੰਦਾ ਮੈਂ ਉੱਥੇ। ਮੈਂ ਆਮ ਜਸਟ ਕਿਡਿੰਗ, ਡੋਂਟ ਘਬਰਾਓ ਨਾ, ਮੈਨੂੰ ਵੀ ਨਹੀਂ ਪਤਾ ਸੀ। ਥੈਂਕ ਯੂ ਗੌਰਵ, ਥੈਂਕ ਯੂ ਵੈਰੀ ਮੱਚ, ਐਂਡ ਹੈਪੀ ਦੀਵਾਲੀ। ਥੈਂਕ ਯੂ ਵੈਰੀ ਮੱਚ। ਸੋ ਜੀ, ਪਬਲਿਕ ਵੋਇਸ ਦੀ ਟੀਮ ਅੱਜ ਇੱਥੇ ਪਹੁੰਚੀ ਹੋਈ ਹੈ, ਬਹੁਤ ਸਾਰੀਆਂ ਫੈਮਲੀਜ਼ ਵੀ ਪਹੁੰਚੀਆਂ ਹੋਈਆਂ, ਔਰ ਸਾਨੂੰ ਬੜਾ ਅੱਛਾ ਲੱਗਦਾ ਪਿਆ ਜਦੋਂ ਸਾਡੇ ਕੋਲ ਬਹੁਤ ਸਾਰੀਆਂ ਫੈਮਲੀਜ਼ ਆਪ ਚੱਲ ਕੇ ਆਉਂਦੀਆਂ। ਕੀ ਹਾਲ ਸਰ, ਹਾਓ ਆਰ ਯੂ? ਵੈਰੀ ਫਾਈਨ ਸਰ, ਵੈਰੀ ਫਾਈਨ। ਤੁਹਾਡਾ ਟਿੱਕਾ ਬਹੁਤ ਸੋਹਣਾ। ਥੈਂਕ ਯੂ। ਐਂਡ ਇਹ ਤੁਹਾਡਾ ਲਖਤੇ ਜਿਗਰ, ਹਾਓ ਆਰ ਯੂ? ਹੈਪੀ ਦੀਵਾਲੀ। ਵੈਰੀ ਗੁੱਡ। ਕੌਣ ਸੇ ਸਕੂਲ ਮੇਂ ਪੜ੍ਹਤੇ ਹੋ? ਅਰੇ ਵਾਹ, ਕਿਆ ਬਾਤ ਹੈ। ਅੱਛਾ ਸਰ, ਵਿਦ ਫੈਮਿਲੀ ਆਏ ਹੋ ਸ਼ੋਪਿੰਗ ਕਰਨ ਦੇ ਲਈ? ਯਾ। ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ, ਚਹਿਲ ਪਹਿਲ ਆਫਟਰ 2 ਸਾਲਾਂ ਬਾਅਦ ਇੱਦਾਂ ਦੀ ਰੌਣਕ ਦੇਖਣ ਨੂੰ ਮਿਲੀ? ਹਾਂ, ਬਹੁਤ ਦੇਰ ਬਾਅਦ ਐਸਾ ਮਤਲਬ ਦੇਖਣ ਨੂੰ ਮਿਲਿਆ, ਬਾਜ਼ਾਰਾਂ ਤੋਂ ਬਿਲਕੁਲ ਰਸ਼ ਖਤਮ ਹੋ ਗਿਆ ਸੀਗਾ। ਹਾਂਜੀ। ਔਰ ਅੱਛਾ ਵੀ ਹੈ ਮਾਰਕੀਟ ਲਈ, ਸਭ ਲਈ, ਅਗਰ ਬਾਇਰ ਆਉਣਗੇ ਤਾਂ, ਬਟ ਓਬਵੀਅਸਲੀ ਦੁਕਾਨਾਂ ਵੀ ਚੱਲਣਗੀਆਂ, ਸਭ ਦੇ ਰੋਜ਼ਗਾਰ ਚੱਲਣਗੇ। ਬਿਲਕੁਲ ਬਿਲਕੁਲ। ਵੀ ਆਰ ਆਲ ਐਸੋਸੀਏਟਡ ਵਿਦ ਈਚ ਅਦਰ, ਚੇਨ ਹੈਗੀ ਹੈ। ਬਿਲਕੁਲ। ਅਗਰ ਸਭ ਦਾ ਕੰਮ ਚੱਲੇਗਾ ਤਾਂ ਬਾਕੀਆਂ ਦਾ ਵੀ ਕੰਮ ਚੱਲੇਗਾ। ਡੈਫੀਨੇਟਲੀ। ਅੱਛਾ ਸਰ, ਦੀਵਾਲੀ ਦੇ ਨਾਲ ਕੋਈ ਮੈਮਰੀ ਜੁੜੀ ਹੋਈ ਹੈ? ਹੁਣ ਤਾਂ ਬੱਚਾ ਤੁਹਾਡਾ ਦੀਵਾਲੀ ਮਨਾ ਰਿਹਾ, ਤੁਸੀਂ ਵੀ ਦੀਵਾਲੀ ਮਨਾਈ ਜਦੋਂ ਤੁਸੀਂ ਇਸ ਉਮਰ ਦੇ ਸੀਗੇ? ਹਾਂ, ਦੀਵਾਲੀ ਦੇ ਨਾਲ ਅਸੀਂ ਵੀ ਲਿਵਡ ਇਨ ਅ ਜੁਆਇੰਟ ਫੈਮਿਲੀ, ਜੁਆਇੰਟ ਫੈਮਿਲੀ 'ਚ ਰਹਿੰਦੇ ਸੀਗੇ। ਵੈਰੀ ਗੁੱਡ। ਅਤੇ ਬਹੁਤ ਜ਼ਿਆਦਾ ਦੀਵਾਲੀ ਦਿਨ ਕੁਛ ਅਲੱਗ ਹੀ ਐਟਮੋਸਫੇਅਰ ਹੁੰਦਾ ਸੀਗਾ, ਕਿ ਸਾਰੇ ਰਲ ਮਿਲ ਕੇ ਪਟਾਕੇ ਵਜਾਉਂਦੇ ਸੀਗੇ, ਉਹ ਕਰਦੇ ਸੀਗੇ, ਮਤਲਬ ਕਈ ਵਾਰੀ ਵਜਾਉਣ ਤੋਂ ਜ਼ਿਆਦਾ ਦੇਖਣ 'ਤੇ ਮਜ਼ਾ ਆਉਂਦਾ ਸੀਗਾ। ਸਹੀ ਗੱਲ ਹੈ। ਅਤੇ ਉਹ ਦੀਵਾਲੀ ਦਾ ਟਾਈਮ ਵੀ ਕੁਛ ਹੋਰ ਸੀਗਾ, ਹੁਣ ਥੋੜ੍ਹਾ ਜਿਹਾ ਰਿਸਟ੍ਰਿਕਸ਼ਨਸ ਗਵਰਨਮੈਂਟ ਨੇ, ਹੁਣ ਗ੍ਰੀਨ ਦੀਵਾਲੀ 'ਤੇ ਜ਼ਿਆਦਾ ਫੋਕਸ ਹੋ ਰਿਹਾ, ਅਤੇ ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ। ਸਰ, ਤੁਹਾਨੂੰ ਉਹ ਟਾਈਮ ਯਾਦ ਹੈ ਜਦੋਂ ਰਾਤ ਨੂੰ ਦੀਵਾਲੀ ਦੇ ਵਿੱਚ ਸਾਰੇ ਪਟਾਕੇ ਚੱਲ ਜਾਂਦੇ ਸੀ, ਅਗਲੇ ਦਿਨ ਉਹ ਪਟਾਕੇ ਲੱਭਦੇ ਹੁੰਦੇ ਸੀ ਆਪਾਂ? ਹਾਂ, ਬਿਲਕੁਲ ਬਿਲਕੁਲ ਬਿਲਕੁਲ, ਮੈਂ ਉਸੀ ਜਨਰੇਸ਼ਨ ਤੋਂ ਬਿਲੋਂਗ ਕਰਦਾ ਹੈਗਾ। ਵੀ ਯੂਜ਼ ਟੂ ਫਾਈਂਡ ਜਿਹੜੇ ਪਟਾਕੇ ਨਹੀਂ ਜਲੇ ਹੁੰਦੇ ਸੀਗੇ, ਉਹਨੂੰ ਲੱਭਦੇ ਹੁੰਦੇ ਸੀਗੇ। ਕਿਆ ਬਾਤ ਹੈ ਸਰ, ਉਹ ਟਾਈਮ ਵਾਪਸ ਨਹੀਂ ਆਉਣਾ ਨਾ। ਹਾਂ, ਬਿਲਕੁਲ ਬਿਲਕੁਲ। ਦੈਟ ਇਜ਼, ਦੇਖੋ, ਅੱਜ ਤੋਂ 10 ਸਾਲ ਬਾਅਦ ਅਸੀਂ ਕਹਾਂਗੇ ਇਹ ਟਾਈਮ ਵਾਪਸ ਨਹੀਂ ਆਉਣਾ, ਉਸ ਤੋਂ ਅਗਲੇ 10 ਸਾਲ ਬਾਅਦ ਉਹ ਟਾਈਮ ਵਾਪਸ ਨਹੀਂ ਆਉਣਾ। ਇਟ ਕੀਪਸ ਔਨ, ਜਨਰੇਸ਼ਨ ਕੀਪਸ ਔਨ ਚੇਂਜਿੰਗ। ਯੈਸ, ਬਿਲਕੁਲ ਬਿਲਕੁਲ, ਚੇਂਜ ਹੁੰਦਾ ਰਹੇਗਾ। ਰਾਈਟ ਸਰ, ਰਾਈਟ ਰਾਈਟ। ਅੱਛਾ ਸਰ, ਮੈਂ ਅੱਜ ਗੱਲਾਂ ਬਾਤਾਂ ਵੀ ਕਰ ਰਿਹਾ ਅਤੇ ਹਰ ਇੱਕ ਉਹਨਾਂ ਦੀ ਕਾਮਨ ਸੈਂਸ ਵੀ ਚੈੱਕ ਕਰ ਰਿਹਾ, ਜਿੱਦਾਂ ਹੁਣ ਇੱਥੇ ਗੱਲ ਹੋਈ ਸੀ ਹੁਣੇ ਕਾਮਨ ਸੈਂਸ। ਇਹ ਛੋਟਾ ਜਿਹਾ ਸਵਾਲ ਹੈ ਸਰ, ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈ ਜਿਹੜੀ ਫਰਿੱਜ ਵਿੱਚ ਤੁਸੀਂ ਰੱਖੋ, ਉਹ ਠੰਡੀ ਨਹੀਂ ਹੁੰਦੀ, ਉਹ ਗਰਮ ਹੀ ਹੁੰਦੀ, ਗਰਮ ਹੀ ਰਹਿੰਦੀ ਆ? ਫਰਿੱਜ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਚੀਜ਼ ਰੱਖਦੇ ਹੋ ਤੁਸੀਂ ਅਤੇ ਉਹ ਠੰਡੀ ਨਹੀਂ ਹੁੰਦੀ, ਉਹ ਗਰਮ ਦੀ ਗਰਮ ਹੀ ਰਹਿੰਦੀ ਹੈ? ਤੁਹਾਨੂੰ ਪਰਚੀਆਂ ਮਿਲਦੀਆਂ ਵੀ ਉਦੋਂ? ਹੈ ਜੀ, ਯੂ ਕੈਨ ਸੇ ਐਗ। ਨੋ, ਐਗ ਵੀ ਨਹੀਂ। ਚਲੋ, ਮੈਂ ਤੁਹਾਨੂੰ ਹਿੰਟ ਦੇ ਦਿੰਦਾ, ਇਹ ਸਬਜ਼ੀਆਂ ਵਿੱਚ ਪੈਂਦੀ ਹੈ ਚੀਜ਼।
ਆਓ ਕਿਹੜੀ ਇਸ ਤਰ੍ਹਾਂ ਆਈ ਰਿਪੀਟ ਮਾਈ ਕੁਐਸਚਨ ਕਿਹੜਾ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਫਰਿੱਜ ਵਿੱਚ ਰੱਖੋ ਉਹ ਠੰਡੀ ਨਹੀਂ ਹੁੰਦੀ ਉਹ ਗਰਮ ਹੀ ਰਹਿੰਦੀ ਹੈ ਭਾਵੇਂ ਤੁਸੀਂ ਉਹਨੂੰ 20 ਸਾਲਾਂ ਬਾਅਦ ਬਾਹਰ ਕੱਢ ਲਓ ਨਹੀਂ ਜੇ ਮੈਂ ਆਨਸਰ ਦੇ ਦਿੱਤਾ ਤਾਂ ਮੈਨੂੰ ਕੀ ਗਿਫਟ ਮਿਲੇਗਾ ਭਾਜੀ Whatever you want. Thank you. Dil bahut vadda bhaji ohna da. So right answer is garam masala. Oh. ये तो नाम ही गर्म मसाला उन्हें गर्म ही रहना सर इस लॉजिक लेस क्वेश्चन थैंक यू वेरी मच योर गुड नेम सर रमित सिक्का थोड़ा सिक्का पूरा चलिया जी आज है थैंक यू वेरी मच सर नाइस टू मीट यू हैप्पी दिवाली सर थैंक यू वेरी मच हैप्पी दिवाली पे आई थैंक यू वेरी मच थैंक यू सो जी पब्लिक वॉइस के जड़िया फैमिलीज इतने पहुंची हुई इन इको फ्रेंडली इन्ना वधिया माहौल उन्होंने बनाया सो दिल तो करता बहुत सारिया गल् अच्छ करिए एंड सो जी मैं किसी को भी डिस्टर्ब नहीं करना चाहता क्योंकि शॉपिंग करने वेले कंसंट्रेशन जरूरी है फोकस जरूरी है सो जो असी कस्टमर के नाल थोड़ी बहुत गलबात करना चाहते हैं तो थोड़े जो डिस्टर्ब होंगे है सो इस करके कोशिश करा वो दोस्तों के नाल होर गल्ला बातें कराइए आ जाओ फिर चलो सो जी पब्लिक वॉइस की टीम अज रैनक बाजार में पहुँच के मूँह के पानी आ रहा जी बहुत ज़्यादा आ निके निके गुलाब जामुन पता नहीं इनू गुलाब जामणिया कहें या गुलाब जामुन कहें ये वड्डे गुलाब जामुन एक मिला लो तो इन्ने बन जाने जी सो जी छोटे होंदे बहुत खाधे आ रियली बचपन जुड़िया हुआ इन्हां चीज़ों के नाल पहला माई बुढ़ी का झाटा खाधा हुण आ गुलाब जामणिया खाधियाँ आनंद आ रहा जी पूरा और इन्हों जे सेल करते पे आप जी की हाल चाल तुहाडा ठीक हो ये गुलाब जामनिया बोलते हैं इसको छोटे गुलाब जामुन बोलते हैं कितने के देते हो दस रुपए के दस रुपए पच्चीस पीस देते पच्चीस पीस तो बाद में कोई गिनता भी है ये पच्चीस है कि चौबीस है नो या ना गिनो मैं पूरा देता हूँ एक दो एक्स्ट्रा ही होंगे कितने साल से कर रहे हो काम हमारे 25 साल हो गए जी 25 साल हो गए वेरी गुड अच्छा ये खाते हैं शौक से खाते हैं लोग के शौक से खाते हैं आजकल तो घर घर में शुगर है हर किसी को डायबिटीज है तो शुगर इतना लोगों छोटे छोटे खाने की खाने वाले ने खाई जाने जी जिदा हूँ मैं खा रहा तो वैसे मैनू भी मीठा मना है तो हूँ मेरे को हाँ जी अच्छा सर अच्छा मुझे ये बताइए कि दिवाली मनाते हो कभी हाँ दिवाली मनाते हैं जी अच्छा कैसे मनाते हो दिवाली बताओ दिवाली पटाखे लगाते मिठाइयाँ जलाते हैं और क्या दीपक जलाते हैं अच्छा मुझे एक अच्छा मुझे ये एक बात बताओ कि ऐसी एक क्वेश्चन है आपसे ठीक है सवाल का जवाब दोगे आप टेंशन में पड़ गए यार ओके हाँ आपकी मिठाई जैसा सवाल ही है ऐसी कौन सी मिठाई है जिसमें किसी जानवर का नाम आता है नहीं ये तो मैं नहीं बता सकता क्यों ऐसी कौन सी मिठाई है जिसमें किसी जानवर का नाम आता है पता नहीं बाबू मैं नहीं समझ सकता ना इधर साढ़े को एक भाई साहब खड़े है मेरा दिल करता भी इन्हों आंसर पता होना पक्का सो अच्छा हाँ जी सर कैसे हो ठीक ठाक ये बड़ा अच्छा लगा सर तुम मास्क पाया हुआ नहीं तो मैं इतने देखा किसी ने मास्क नहीं पाया हुआ तो थोड़ा जहा चेहरा आप हाँ अपनी सेफ्टी के लिए थोड़ा सा चेहरा दिखा दोगे मुझे अरे वाह क्या बात है अच्छा सर दिवाली के नाल जुड़िया हुई गल्ला बातें थोड़ी साढ़े ना करो प्लीज़ आ माइक फाड़ लो मैं तो गोलगप्पे गोलगप्पे गया था गुलाब जामुन खा लो हाँ जी दिवाली पे तो बड़े बड़े शॉपिंग करते हैं बाजारों में और घर को सजाते हैं अपने लिए बड़ी बड़ी शॉपिंग करते हैं कपड़े की मिठाइयाँ की बच्चों के लिए पटाखे लेते हैं और बाजार देखो बोलो सजे हुए हैं तो बोलो मैं गुलाब जामुन खा रहा हूँ बोलो बस यही होता है बोलो अरे मुक्के नहीं बोलो अच्छा सर गा सुनो मैं एक सवाल पूछा था भाई कि इस तरह की मिठाई है ਕਿਹੜੀ ਇਸ ਤਰ੍ਹਾਂ ਦੀ ਮਿਠਾਈ ਹੈ ਜਿਹਦੇ ਵਿੱਚ ਕਿਸੇ ਜਾਨਵਰ ਦਾ ਨਾਮ ਆਉਂਦਾ ਫਿਲਹਾਲ ਤਾਂ ਵੀ ਨਹੀਂ ਯਾਰ ਮੇਰੇ ਕੋਲ ਨਹੀਂ ਯਾਰ ਵਾਈਫ ਤੋਂ ਪੁੱਛੋ ਕਿਹੜੀ ਇਸ ਤਰ੍ਹਾਂ ਦੀ ਮਿਠਾਈ ਹੈ ਜਿਹਦੇ ਵਿੱਚ ਕਿਸੇ ਜਾਨਵਰ ਦਾ ਨਾਮ ਆਉਂਦਾ ਨਹੀਂ ਮਾਲੂਮ ਸਰ ਹਿੰਟ ਦਵਾਂ ਛੈਣਾ ਮੁਰਗੀ ਕਿਆ ਬਾਤ ਹੈ ਬਿਲਕੁਲ ਨਾਈਸ ਸੋ ਜੀ ਤੁਹਾਡੀ ਨੇਚਰ ਮੈਨੂੰ ਬਹੁਤ ਵਧੀਆ ਲੱਗੀ ਔਰ ਸਭ ਤੋਂ ਵਧੀਆ ਪਲੱਸ ਪੁਆਇੰਟ ਇਹ ਲੱਗਾ ਜੇ ਇੱਥੇ ਰੈਣਕ ਬਾਜ਼ਾਰ ਦੇ ਵਿੱਚ 5000 ਲੋਕ ਨੇ ਅਤੇ 5000 ਦੇ ਵਿੱਚੋਂ 4999 ਲੋਕਾਂ ਨੇ ਮਾਸਕ ਪਾਇਆ ਹੀ ਨਹੀਂ ਅਤੇ ਸਿਰਫ ਤੁਸੀਂ ਪਾਇਆ ਹੋਇਆ ਥੈਂਕ ਯੂ ਵੈਰੀ ਮੱਚ ਅੱਛਾ 4999 ਵਿੱਚ ਮੈਂ ਵੀ ਆਉਂਦਾ ਯਾਰ ਸੋ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਥੈਂਕ ਯੂ
सो तुम देख रहे हो जी पब्लिक वॉयस पंजाब टीवी के नाल खाण पीन वाली चीज़ा बोलन से मना कर दी भैया मेरा दिल करता पहले मैं खा लवा बाद च गल कर रहा जी पब्लिक वॉयस के अज बहुत सारिया गलां बात हुई बहुत जनिया ने बहुत दिल खोल के गल्ला कीतियां बहुत मज़ा आया जी और गल्ला तो होर भी करना चाहते थे लेकिन समा इजाजत नहीं दे रहा है पब्लिक वॉयस के और लेकिन अज हूँ मैं जिदी जिन्हों के नाल तुहाड़ी गलबात करवा जा रहा उन्हां दी आवाज़ बहुत वधिया हैगी है सो आओ उन्हां दी आवाज़ सुनीए सो जी गलबात करते हैं इन्हां दे नाल हैलो मैम हाउ आर यू की हाल चाल तुहाडा ठीक ठाक हो सो जी मौन वर्त रखे पता नहीं मेरे तो नाराज़ है तो हैप्पी दिवाली किधर है करवा चौथ तुहाडा सो जी बहुत सोहनी आवाज़ है जी इन्हां दी बहुत सोहना बोलते हैं थोड़ा जिहा नाराज़ लगते मेरे तो सो जी पंजाब वन टीवी की टीम इस वेले पब्लिक वॉयस लैके पहुंची सी ज्योति चौंक के रैनक बाजार के और जिते बहुत सारिया गलां बातें भी हुई जिन्होंने परसनल एक्सपीरियंस भी साढ़े ना शेयर किया भी किस तरह रही उन्होंने दिवाली वो दिवाली किस तरह मनाते हैं तो बिच बिच शुगल मेला भी होया बहुत आनंद आया जी बहुत मज़ा आया बट रश एवरेज सी बहुत ज़्यादा भी कह सकते हैं बहुत घट भी कह सकते हैं और बहुत सारे कस्टमरस के नाल भी गलां हुई बहुत सारे दुकानदारा के नाल भी गलां हुई बहुत वधिया लगा जी और दिवाली स्पेशल ए पब्लिक वॉयस शो तुहानू किस तरह का लगा तुसी दस्सियो जरूर सो देखते रहो पंजाब वन टीवी अपने दोस्त विकास मोगिया नू दिओ इजाजत कैमरामैन विनोद दे नाल सत श्री अकाल हैप्पी दिवाली।